ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ ਤੁਹਾਡਾ ਸਾਰਿਆਂ ਦਾ ਨਿਊਜ਼ ਨੰਬਰ 'ਤੇ ਸਵਾਗਤ ਕਰਦੀ ਹਾਂ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਨਿਊਜ਼ ਨੰਬਰ 'ਤੇ ਅਸੀਂ ਉਸ ਵਿਸ਼ੇ 'ਤੇ ਗੱਲ ਕਰਾਂਗੇ ਜਿਹਦੇ ਬਾਰੇ ਅਸੀਂ ਕਦੇ ਗੱਲ ਹੀ ਨਹੀਂ ਕਰਦੇ ਹੈਗੇ। 2014 ਦੇ ਵਿੱਚ ਜਰਮਨ ਦੀ ਇੱਕ ਐਨ ਜੀ ਓ ਵਾਸ਼ ਯੂਨਾਈਟਿਡ ਵੱਲੋਂ ਫੈਸਲਾ ਲਿਆ ਗਿਆ ਸੀਗਾ ਕਿ ਹਰ ਸਾਲ 28 ਮਈ ਨੂੰ ਇੱਕ ਦਿਨ ਮਨਾਉਣਗੇ, ਉਹ ਹੈਗਾ ਕਿ ਮੈਂਸਟਰਲ ਹਾਈਜੀਨ ਡੇ। ਸੋ ਇਹ ਜੁੜਿਆ ਹੋਇਆ ਹੈ ਔਰਤਾਂ ਦੇ ਪੀਰੀਅਡਸ ਦੇ ਨਾਲ, ਉਹਨਾਂ ਦੀ ਮਹਾਂਵਾਰੀ ਦੇ ਨਾਲ, ਉਹਨਾਂ ਦੀ ਮਹੀਨੇ ਦੇ ਨਾਲ। ਸੋ ਇੱਕ ਬਹੁਤ ਹੀ ਕੁਦਰਤੀ ਚੀਜ਼ ਹੈ ਕਿ ਹਰ 28 ਦਿਨਾਂ ਦੇ ਬਾਅਦ ਔਰਤ ਨੂੰ ਪੀਰੀਅਡਸ ਆਉਂਦੇ ਨੇਗੇ, ਅਤੇ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇਗੀਆਂ ਕਿ ਅਵੇਅਰਨੈਸ ਨਹੀਂ ਹੈ, ਅਤੇ ਜਦੋਂ ਅਸੀਂ ਪੀਰੀਅਡਸ ਦੇ ਦੌਰਾਨ ਇੱਕ ਚੰਗੀ ਮਤਲਬ ਪ੍ਰੋਡਕਟ ਯੂਜ਼ ਨਹੀਂ ਕਰਦੇ, ਸੈਨੇਟਰੀ ਪ੍ਰੋਡਕਟ ਯੂਜ਼ ਨਹੀਂ ਕਰਦੇ, ਮੈਨੇਜਮੈਂਟ ਚੰਗੀ ਨਹੀਂ ਕਰਦੇ, ਤਾਂ ਇਸ ਦੇ ਕਾਰਨ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਬਿਮਾਰੀ ਦਾ ਸ਼ਿਕਾਰ ਵੀ ਹੋ ਰਹੀਆਂ ਨੇ ਅਤੇ ਉਹਨਾਂ ਦੀ ਮੌਤ ਵੀ ਹੋ ਰਹੀ ਆ। ਸੋ ਅੱਜ ਇਸ ਵਿਸ਼ੇ ਦੇ ਉੱਪਰ ਅਸੀਂ ਖੁੱਲ੍ਹ ਕੇ ਗੱਲ ਕਰਾਂਗੇ, ਇਹ ਵੀ ਗੱਲ ਕਰਾਂਗੇ ਕਿ ਇਸ ਵਿਸ਼ਿਆਂ ਦੇ ਉੱਪਰ ਅਸੀਂ ਗੱਲ ਕਿਉਂ ਨਹੀਂ ਕਰਦੇ ਹੈਗੇ, ਜਾਂ ਫਿਰ ਅਸੀਂ ਆਪਣੀ ਜਿਹੜੀ ਮੈਂਸਟਰਲ ਹਾਈਜੀਨ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ। ਸੋ ਉਸ ਦੇ ਨਾਲ ਉਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਹਾਜ਼ਰ ਹੋਣਗੇ ਮੈਡਮ ਸਤਿੰਦਰ ਸੱਤੀ ਹੋਰੀ, ਬਾਨੀ ਜਿੰਦਲ ਹੋਰੀ ਅਤੇ ਮੇਰੇ ਕੋ ਐਂਕਰ ਆਰਜ਼ੂ ਗੁਪਤਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਨੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਅੱਜ ਮੈਨੂੰ ਲੱਗਦਾ ਕਿ ਸ਼ਾਇਦ ਆਪਾਂ ਉਸ ਵਿਸ਼ੇ 'ਤੇ ਗੱਲ ਕਰਾਂਗੇ, ਜਦੋਂ ਸਾਨੂੰ ਗੱਲ ਕਰਦੇ ਆ ਲੋਕ ਸਕਰੀਨ 'ਤੇ ਦੇਖਣਗੇ ਤਾਂ ਬਹੁਤਿਆਂ ਦੇ ਕਮੈਂਟਸ ਇਹ ਹੋਣਗੇ ਜਾਂ ਬਹੁਤਿਆਂ ਦਾ ਜਿਹੜਾ ਵਿਚਾਰ ਇਹ ਹੋਊਗਾ ਕਿ ਇਹਨਾਂ ਚੀਜ਼ਾਂ ਨੂੰ ਕੈਮਰੇ 'ਤੇ ਲਿਆਉਣ ਦੀ ਕੀ ਲੋੜ ਆ, ਹੈ ਨਾ, ਇਹਨਾਂ ਚੀਜ਼ਾਂ 'ਤੇ ਗੱਲ ਕਰਨ ਦੀ ਕੀ ਲੋੜ ਹੈ, ਇਹ ਚੀਜ਼ਾਂ ਜਿਹੜੀਆਂ ਨੇ ਪਰਦੇ 'ਚ ਹੀ ਰਹਿਣ ਦੋ, ਹੈ ਨਾ। ਇੱਕ ਚੀਜ਼ ਜਿਹੜੀ ਇੱਕ ਲੇਡੀ ਨੂੰ ਮਦਰ ਬਣਨ ਦੇ ਕਾਬਿਲ ਬਣਾ ਦਿੰਦੀ ਆ, ਹੈ ਨਾ, ਕਿ ਜਦੋਂ ਸਾਨੂੰ ਪੀਰੀਅਡਸ ਆਉਂਦੇ ਨੇ ਤਾਂ ਉਹ ਸਾਡੇ ਲਈ ਇੱਕ ਬਲੈਸਿੰਗ ਹੁੰਦੀ ਆ ਕਿ ਤੁਸੀਂ ਮਦਰ ਬਣ ਸਕਦੇ ਹੋ, ਮਾਂ ਬਣਨ ਦਾ ਤੁਸੀਂ ਇੱਕ ਸੁੱਖ ਪ੍ਰਾਪਤ ਕਰ ਸਕਦੇ ਹੋ, ਪਰ ਉਹੀ ਚੀਜ਼ ਕਿਤੇ ਨਾ ਕਿਤੇ ਸਾਡੇ ਲਈ ਇੱਕ ਸ਼ਰਮ ਵੀ ਬਣਾ ਦਿੱਤੀ ਜਾਂਦੀ ਆ ਜੇ ਅਸੀਂ ਉਹਦੇ ਬਾਰੇ ਗੱਲ ਕਰਦੇ ਹਾਂ, ਜਾਂ ਕਈ ਵਾਰ ਉਹ ਚੀਜ਼ ਸਾਡੇ ਲਈ ਐਂਬੈਰਸਮੈਂਟ ਵੀ ਬਣ ਜਾਂਦੀ ਆ। ਇਸ ਚੀਜ਼ ਬਾਰੇ ਮੈਮ ਪਹਿਲਾਂ ਤਾਂ ਮੈਂ ਚਾਹੂੰਗੀ ਕਿ ਤੁਸੀਂ ਸਾਡੇ ਨਾਲ ਇਸ ਚੀਜ਼ 'ਤੇ ਗੱਲ ਕਰੋ। ਮੈਨੂੰ ਲੱਗਦਾ ਕਿ ਜਦੋਂ ਵੀ ਇੱਕ ਕੁੜੀ ਬੱਚੇ ਤੋਂ ਐਡਲਟ ਬਣਦੀ ਹੈ ਤਾਂ ਇਹ ਇੱਕ ਟਰਾਂਸਫੋਰਮੇਸ਼ਨ ਹੈ, ਇਹ ਇੱਕ ਨਿਸ਼ਾਨਦੇਹੀ ਹੁੰਦੀ ਹੈ ਕਿ ਉਹ ਕੁੜੀ ਜਿਹੜੀ ਹੈ ਐਡਲਟ ਹੋ ਗਈ ਹੈ, ਹੈ ਨਾ, ਮਤਲਬ ਜਵਾਨ ਹੋ ਗਈ ਹੈ। ਔਰ ਖਾਸ ਤੌਰ 'ਤੇ ਅਗਰ ਤੁਹਾਨੂੰ ਪੀਰੀਅਡਸ ਨਹੀਂ ਆਉਂਦੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ, ਬਿਲਕੁਲ, ਪੇਰੈਂਟਸ ਦੇ ਲਈ ਜਾਂ ਸਾਰੇ ਪਰਿਵਾਰ ਦੇ ਲਈ, ਕਿ ਇਹਦਾ ਮਤਲਬ ਤੁਹਾਡੀ ਬਾਡੀ ਜਿਹੜੀ ਹੈ ਫਿਜ਼ੀਕਲੀ ਤੁਸੀਂ ਉਨੇ ਫਿੱਟ ਨਹੀਂ ਹੋ, ਜਾਂ ਇੰਟਰਨਲੀ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਇਹੋ ਜਿਹੀ ਪ੍ਰੋਬਲਮ ਹੈ ਜਿਹਦੇ ਕਰਕੇ ਤੁਹਾਡਾ ਇਹ ਨੈਚੁਰਲ ਪ੍ਰੋਸੈਸ ਹੈ, ਹੈ ਨਾ, ਮਤਲਬ ਤੁਸੀਂ ਇੱਥੋਂ ਇਹ ਦੱਸਦੇ ਹੋ ਵੀ ਤੁਸੀਂ ਬੀਂਗ ਅ ਫੀਮੇਲ ਫਿੱਟ ਹੋ, ਯੂ ਆਰ ਫਿੱਟ ਫੋਰ ਯੂਰ ਫਿਊਚਰ ਲਾਈਫ, ਹੈ ਨਾ, ਤੁਸੀਂ ਮਦਰਹੁੱਡ ਲਈ, ਤੁਸੀਂ ਆਪਣੀ ਬਾਕੀ ਜ਼ਿੰਦਗੀ ਨੂੰ ਕੈਰੀ ਕਰਨ ਦੇ ਲਈ, ਕਿਉਂਕਿ ਇਹਦੇ ਨਾਲ ਹੀ ਮੈਨੂੰ ਲੱਗਦਾ ਫੀਮੇਲ ਦੀਆਂ, ਅਗਰ ਤੁਸੀਂ ਤੁਹਾਨੂੰ ਪੀਰੀਅਡਸ ਨਹੀਂ ਆਉਂਦੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਅੰਦਰ ਪੈਦਾ ਹੋ ਜਾਂਦੀਆਂ ਨੇ। ਔਰ ਇੱਕ ਸਾਈਨ ਮੰਨਿਆ ਜਾਂਦਾ ਕਿ ਹਾਂ, ਇੱਕ ਬੱਚਾ ਹੈਲਦੀ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਛੋਟਾ ਬੱਚਾ ਹੈਲਦੀ ਹੈ, ਅਤੇ ਇੱਕ ਬੱਚੀ ਜਿਹੜੀ ਹੈ ਉਹ ਜਦੋਂ ਜਵਾਨ ਹੁੰਦੀ ਹੈ ਤਾਂ ਉਹ ਹੈਲਦੀ ਹੈ, ਔਰ ਆਪਣੀ ਫਿਊਚਰ ਲਾਈਫ ਜਿਹੜੀ ਅੱਛੀ ਲੀਡ ਕਰਨ ਦੇ ਵਿੱਚ ਸਹਾਈ ਹੁੰਦੀ ਹੈ। ਬਟ ਮੈਨੂੰ ਲੱਗਦਾ ਕਿ ਕਿਉਂਕਿ ਸਾਡੀ ਅਪਬ੍ਰਿੰਗਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਮੈਂ ਐਜ਼ ਅ ਪਰਸਨਲੀ, ਔਰ ਮੈਂ ਕਿਉਂਕਿ ਜ਼ਿੰਦਗੀ ਦੇ ਵਿੱਚ ਬੜੇ ਆਫ ਬੀਟ ਕੰਮ ਕੀਤੇ ਨੇ, ਅਤੇ ਮੈਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਹੈ ਕਿ ਸਾਡੀ ਅਪਬ੍ਰਿੰਗਿੰਗ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ। ਮੈਂ ਹਮੇਸ਼ਾ ਬਹੁਤ ਸਾਰੀ ਇੰਟਰਵਿਊਜ਼ 'ਚ ਕਹਿੰਦੀ ਕਿ ਸਾਨੂੰ ਸਾਰਿਆਂ ਨੂੰ ਇੱਕੋ ਹੀ ਸਕ੍ਰਿਪਟ ਦਿੱਤੀ ਜਾਂਦੀ ਹੈ, ਜਿਸ ਚੀਜ਼ ਦਾ ਡਰ ਤੁਹਾਨੂੰ, ਉਸੇ ਚੀਜ਼ ਦਾ ਡਰ ਮੈਨੂੰ ਹੈ, ਉਸੇ ਚੀਜ਼ ਦਾ ਡਰ, ਸੇਮ ਡਰ ਸਭ ਨੂੰ ਸਿਖਾਇਆ ਜਾਂਦਾ, ਅਸੀਂ ਉਹਨਾਂ ਚੀਜ਼ਾਂ ਤੋਂ ਡਰਦੇ ਰਹਿੰਦੇ ਹਾਂ। ਜਿਹੜੀ ਚੀਜ਼ 'ਤੇ ਸਾਨੂੰ ਕਿਹਾ ਜਾਂਦਾ ਕਿ ਇਸ ਚੀਜ਼ ਬਾਰੇ ਨਹੀਂ ਬੋਲਣਾ, ਸਾਰੀਆਂ ਕੁੜੀਆਂ ਨੂੰ ਸੇਮ ਸਿਖਾਈ ਜਾਂਦੀ ਹੈ ਕਿ ਨਹੀਂ ਬੋਲਣਾ ਤਾਂ ਨਹੀਂ ਬੋਲਣਾ, ਤੁਹਾਡੇ ਨਾਲ ਕੋਈ ਗਲਤ ਗੱਲ ਹੋ ਰਹੀ ਹੈ ਬਚਪਨ ਤੋਂ, ਤੁਹਾਨੂੰ ਮਤਲਬ ਟੱਚੇਬਿਲਟੀ ਵੀ, ਮਤਲਬ ਤੁਸੀਂ, ਹੈ ਨਾ, ਬੜਾ ਜ਼ਿਆਦਾ ਉਹ ਵੀ ਪ੍ਰੋਬਲਮ ਹੈ, ਉਹ ਕਿਉਂ ਇੰਨੀ ਵੱਧ ਹੈ ਕੁੜੀਆਂ ਦੇ ਵਿੱਚ, ਕਿਉਂਕਿ ਦੱਸਿਆ ਜਾਂਦਾ ਕਿ ਬੇਟਾ ਨਹੀਂ ਬੋਲਣਾ, ਨਹੀਂ ਬੋਲਣਾ। ਇਸੇ ਕਰਕੇ ਬਹੁਤ ਸਾਰੀਆਂ ਡੈਥਸ, ਓਵਰੀ ਕੈਂਸਰ ਕਰਕੇ, ਹੈ ਨਾ, ਬਹੁਤ ਸਾਰੀਆਂ ਡੈਥਸ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਮਾਵਾਂ ਦੀਆਂ ਹੋ ਜਾਂਦੀਆਂ ਨੇ, ਬਹੁਤ ਸਾਰੀਆਂ ਡੈਥਸ ਡਿਵੋਰਸ, ਮਤਲਬ ਤੁਸੀਂ ਆਪਣੀ ਫੈਮਿਲੀ ਲਾਈਫ ਦੇ ਵਿੱਚ ਜਰਨਾ ਵੀ ਇੱਕ ਹੱਦ ਤੱਕ ਚਾਹੀਦਾ ਹੈ। ਹਰ ਚੀਜ਼ ਜਿਹੜੀ ਉਹਦੀ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਹੈ। ਲਿਮਿਟ ਤੋਂ ਬਾਅਦ ਕੋਈ ਵੀ ਚੀਜ਼ ਜਿਹੜੀ ਹੈ ਉਹ ਐਕਸੈਸ ਆਫ ਐਵਰੀਥਿੰਗ ਇਜ਼ ਆਲਵੇਜ਼ ਬੈਡ, ਬਟ ਉਹ ਅਪਬ੍ਰਿੰਗਿੰਗ ਦੇ ਵਿੱਚ ਇੰਨਾ ਜ਼ਿਆਦਾ ਅੰਦਰ ਸਾਡੇ ਬਿਠਾ ਦਿੱਤਾ ਜਾਂਦੀਆਂ ਨੇ ਚੀਜ਼ਾਂ, ਕਿ ਸਾਰੀ ਉਮਰ ਅਸੀਂ, ਮੈਂ ਐਜ਼ ਅ ਸੈਲੀਬ੍ਰਿਟੀ ਔਰ ਮੈਂ ਇੰਨਾ ਕੰਮ ਕੀਤਾ, ਮੈਂ ਆਪ ਦੱਸਦੀ ਹਾਂ ਕਿ ਕਿੰਨੇ ਸਾਰੇ ਡਰ ਐਜ਼ ਅ ਫੀਮੇਲ ਜਿਹਦੇ ਨਾਲ ਤੁਸੀਂ ਸਾਰੀ ਉਮਰ ਲੜਦੇ ਹੀ ਰਹਿੰਦੇ ਹੋ, ਤੁਸੀਂ ਕਿੰਨੀਆਂ ਚੀਜ਼ਾਂ ਗਲਤ ਆਲੇ ਦੁਆਲੇ 'ਚ ਹੁੰਦੀਆਂ, ਤੁਸੀਂ ਨਹੀਂ ਬੋਲ ਪਾਉਂਦੇ, ਤੁਹਾਨੂੰ ਲੱਗਦਾ ਕਿ ਤੁਸੀਂ ਬੋਲੋਗੇ ਅਤੇ ਲੋਕ ਤੁਹਾਡੇ 'ਤੇ ਕੁਐਸਚਨ ਕਰਨਗੇ। ਅਪਬ੍ਰਿੰਗਿੰਗ ਇੱਦਾਂ ਦੀ ਹੈ, ਤੁਹਾਡੀ ਦਾਦੀ ਨੂੰ ਤੁਸੀਂ, ਨਾਨੀ ਨੂੰ ਇੱਦਾਂ ਵੇਖਿਆ, ਤੁਹਾਡੀ ਮਾਂ ਨੂੰ ਦੇਖਿਆ, ਅੱਗੋਂ ਤੁਹਾਨੂੰ ਵੀ ਉਹ ਸਿਖਾਇਆ ਗਿਆ, ਬਟ
ਇਹ ਮੈਨੂੰ ਲੱਗਦਾ ਕਿ ਮੁੱਦਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਦੋਂ ਮਤਲਬ ਹੁਣ ਤਾਂ ਫਿਰ ਵੀ ਅਵੇਅਰਨੈਸ ਹੈ, ਮੈਨੂੰ ਲੱਗਦਾ ਸਾਡੇ ਟਾਈਮ ਦੇ ਵਿੱਚ ਜਦੋਂ ਤੁਹਾਨੂੰ ਪੀਰੀਅਡ ਸਟਾਰਟ ਹੁੰਦੇ ਸੀਗੇ ਅਤੇ ਮਤਲਬ ਤੁਹਾਨੂੰ ਇੱਦਾਂ ਲੱਗਦਾ ਸੀ ਉਹ ਮੈਂ ਕੀ ਕ੍ਰਾਈਮ ਹੋ ਗਿਆ ਜਾਂ ਕੀ ਸਾਡੇ ਲਈ ਬਿਮਾਰੀ ਹੋ ਗਈ ਹੈ, ਕੀ ਇੱਦਾਂ ਲੱਗਿਆ, ਬਿਲਕੁਲ ਇੰਟਰਨਲੀ ਹੋਣਾ ਸੀ ਮਰ ਜਾਣਾ, ਬਿਲਕੁਲ ਆਈ ਹੈਡ ਦਾ ਸੇਮ ਫੀਲਿੰਗ ਜੀ। ਇੱਕ ਚੀਜ਼ ਉਹ ਵੀ ਬਹੁਤ ਅਪਸੈਟ ਕਰਦੀ ਹੁੰਦੀ ਜਦੋਂ ਮੇਰੇ ਮਦਰ ਨੇ ਦੱਸਿਆ ਸੀਗਾ ਕਿ ਇਹ ਤੁਹਾਨੂੰ ਹਰ ਮਹੀਨੇ ਹੋਏਗਾ, ਤੁਹਾਨੂੰ ਲੱਗਦਾ ਕਿ ਉਹ ਦੁਨੀਆਂ ਦਾ ਸਭ ਤੋਂ ਵੱਡਾ ਗੁਨਾਹ, ਤੁਹਾਨੂੰ ਰੱਬ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਬਿਲਕੁਲ ਗਲਤ ਕੰਮ ਦੇ ਦਿੱਤਾ, ਉਹ ਨੈਕਸਟ ਡੇਟ ਤੋਂ ਪਹਿਲੇ ਤੁਸੀਂ ਇੱਦਾਂ ਸੋਚਣ ਲੱਗ ਜਾਂਦੇ ਕਿ ਉਹ ਸ਼ਿਟ ਦਿਸ ਇਜ਼ ਗੋਇੰਗ ਟੂ ਹੈਪਨ ਨੈਕਸਟ ਮੰਥ, ਕਿ ਦੁਬਾਰਾ ਹੋਣਾ, ਦੇਖਣਾ ਕਿਉਂਕਿ ਸਾਡੀ ਐਜੂਕੇਸ਼ਨ ਨਹੀਂ ਹੈ, ਉਹਨੂੰ ਐਕਸੈਪਟੈਂਸ ਲਈ ਬਹੁਤ ਟਾਈਮ ਲੱਗਦਾ, ਸਾਨੂੰ ਪਹਿਲਾਂ ਹੀ ਐਜੂਕੇਟ ਨਹੀਂ ਕੀਤਾ ਜਾਂਦਾ ਕਿ ਅਸੀਂ ਰੈਡੀ ਹੋਈਏ, ਅਸੀਂ ਸਾਨੂੰ ਸੱਤਵੀਂ ਅੱਠਵੀਂ ਨੌਵੀਂ 'ਚ ਨਹੀਂ ਦੱਸਿਆ ਜਾਂਦਾ, ਜਦੋਂ ਕੋਈ ਪ੍ਰੋਸੈਸ ਹੋ ਜਾਂਦਾ ਦੈਨ ਤੁਹਾਨੂੰ ਪਤਾ ਨਹੀਂ ਉਹਨੂੰ ਕਿਵੇਂ ਹੈਂਡਲ ਹੋਣਾ ਕਰਨਾ, ਹੁਣ ਇੱਕ ਸਿਚੁਏਸ਼ਨ ਤੁਹਾਡੀ ਜ਼ਿੰਦਗੀ 'ਚ ਆ ਜਾਂਦੀ ਹੈ ਜਿਹੜੀ ਅਸੀਂ ਕਦੀ ਦੇਖੀ ਨਹੀਂ, ਵਾਈ ਵੀ ਗੈਟ ਡਿਪਰੈਸਡ, ਵਾਈ ਵੀ ਗੈਟ ਸਪਰੈਸਡ, ਅਸੀਂ ਲੈਟ ਗੋ ਕਿਉਂ ਨਹੀਂ ਕਰਦੇ, ਸਾਨੂੰ ਸਿਖਾਇਆ ਨਹੀਂ ਜਾਂਦਾ, ਜਦੋਂ ਸਿਚੁਏਸ਼ਨ ਅਚਾਨਕ ਸਾਡੇ ਅੱਗੇ ਆ ਕੇ ਖੜੀ ਹੋ ਜਾਂਦੀ ਸਾਨੂੰ ਲੱਗਦਾ ਕਿਵੇਂ ਹੈਂਡਲ ਕਰਨਾ, ਕਿਉਂਕਿ ਉਹ ਸਾਡੇ ਪ੍ਰੋਗਰਾਮਿੰਗ 'ਚ ਨਹੀਂ ਹੈ। ਸੋ ਦੈਟ ਇਜ਼ ਵਟ ਇਜ਼ ਹੈਪਨਿੰਗ ਟੂਡੇ ਜੀ, ਬਿਲਕੁਲ। ਅਤੇ ਇਹ ਇੱਕ ਅੱਛਾ ਇੱਕ ਇਹ ਵੀ ਜਿਵੇਂ ਤੁਸੀਂ ਕਿਹਾ ਕਿ ਸਿਚੁਏਸ਼ਨ ਇੱਕਦਮ ਜਦੋਂ ਆ ਜਾਂਦੀ ਹੈ ਫਿਰ ਸਾਨੂੰ ਪਤਾ ਨਹੀਂ ਹੁੰਦਾ ਉਹਦੇ ਨਾਲ ਕਿਵੇਂ ਡੀਲ ਕਰਨਾ, ਹੈ ਨਾ, ਇਹ ਵੀ ਇੱਕ ਬਣਾਇਆ ਹੋਇਆ ਵੀ ਜੇ ਤੁਸੀਂ ਕਿਸੇ ਕੁੜੀ ਨੂੰ ਪੀਰੀਅਡਸ ਬਾਰੇ ਉਹਦੀ ਏਜ ਤੋਂ ਪਹਿਲਾਂ ਦੱਸ ਦੋਗੇ ਤਾਂ ਉਹਨੂੰ ਪੀਰੀਅਡ ਛੇਤੀ ਸ਼ੁਰੂ ਹੋ ਜਾਂਦੇ ਨੇਗੇ, ਪਤਾ ਨਹੀਂ ਉਹਨਾਂ ਦੇ ਕੀ ਐਕਸਕਿਊਜ਼ ਸੀਗਾ ਵੀ ਉਸ ਚੀਜ਼ ਤੋਂ ਬਚਣ ਦਾ, ਵੀ ਸਾਡੀ ਤੇ ਗੱਲ ਨਾ ਆਵੇ ਵੀ ਪੇਰੈਂਟਸ ਨੇ ਬੱਚਿਆਂ ਨੂੰ ਨਹੀਂ ਸਿਖਾਇਆ ਹੈਗਾ, ਜਾਂ ਫਿਰ ਪਤਾ ਨਹੀਂ ਆਪਣੀ ਤੱਤ ਕੱਢੇ ਹੁੰਦੇ ਨੇ ਵੈਸੇ ਪਿੰਡਾਂ 'ਚ ਆਪਣੀਆਂ ਬਜ਼ੁਰਗਾਂ ਨੇ, ਹੈ ਨਾ, ਕਿ ਨਹੀਂ ਨਹੀਂ ਪਹਿਲਾਂ ਨਹੀਂ ਦੱਸਣਾ ਹੈਗਾ ਤਾਂ ਇਹਨਾਂ ਨੂੰ ਫਿਰ ਪੀਰੀਅਡਸ ਜਿਹੜੇ ਨੇਗੇ ਉਹ ਛੇਤੀ ਸ਼ੁਰੂ ਹੋ ਜਾਂਦੇ ਨੇਗੇ। ਮਾਨੀ ਤੁਸੀਂ ਗਰਾਊਂਡ ਲੈਵਲ ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਬਹੁਤ ਕੰਮ ਕੀਤਾ ਹੈ ਕਿ ਅਵੇਅਰਨੈਸ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਗਏ, ਖਾਸ ਤੌਰ 'ਤੇ ਇਸਲਾਮ ਮੇਰੀ ਜਿੱਥੇ ਜ਼ਿਆਦਾ ਜ਼ਰੂਰਤ ਸੀਗੀ, ਹੈ ਨਾ। ਅੱਜ ਵੀ ਅਸੀਂ 28 ਮਈ ਦਾ ਇਹ ਜਿਹੜਾ ਦਿਨ ਆ ਅਸੀਂ ਸੈਲੀਬ੍ਰੇਟ ਤਾਂ ਕਰ ਰਹੇ ਹਾਂ, ਬਟ ਹੁਣ ਅਸੀਂ ਤਾਂ ਸਾਰੇ ਪੜ੍ਹੇ ਲਿਖੇ ਹਾਂ, ਚਲੋ ਸਾਡੀ ਜਿਹੜੀ ਅਪਬ੍ਰਿੰਗਿੰਗ ਆ ਥੋੜ੍ਹੀ ਬਹੁਤੀ ਉਸ ਮਾਹੌਲ 'ਚ ਹੋਈ ਆ ਜਿੱਥੇ ਸਾਨੂੰ ਸਿਖਾਇਆ ਜਾਂਦਾ, ਜਾਂ ਫਿਰ ਅਸੀਂ ਖੁੱਲ੍ਹ ਕੇ ਲੋਕਾਂ ਦੇ ਨਾਲ ਗੱਲ ਵੀ ਕਰ ਸਕਦੇ। ਇਹ ਜਿਹੜੇ ਦਿਨ ਮਨਾਏ ਜਾਂਦੇ ਨੇ, ਮੈਂਸਟਰਲ ਹਾਈਜੀਨ ਡੇ, ਹੈ ਨਾ, ਇਹ ਜਿਹੜੇ ਲੋਕਾਂ ਨੂੰ ਜ਼ਰੂਰਤ ਹੈਗੀ ਆ ਉੱਥੇ ਤੱਕ ਤਾਂ ਪਹੁੰਚਦੇ ਹੀ ਨਹੀਂ ਹੈਗੇ, ਬਿਲਕੁਲ ਨਹੀਂ ਪਹੁੰਚ, ਉੱਥੇ ਤਾਂ ਜਿਹੜੀਆਂ ਬੇਸਿਕ ਸਾਡੀਆਂ ਨੀਡਸ ਨੇਗੀਆਂ ਸੈਨੀਟੇਸ਼ਨ ਦੀਆਂ ਉਹ ਵੀ ਨਹੀਂ ਪਹੁੰਚਦੀ ਹੈਗੀਆਂ। ਸੋ ਤੁਹਾਨੂੰ ਕਿਸ ਚੀਜ਼ ਨੇ ਮੋਟੀਵੇਟ ਕੀਤਾ ਸੀਗਾ ਕਿ ਤੁਸੀਂ ਗਰਾਊਂਡ ਲੈਵਲ 'ਤੇ ਗਏ, ਸਲਮ ਏਰੀਆਜ਼ ਨੂੰ ਤੁਸੀਂ ਕਵਰ ਕੀਤਾ, ਉੱਥੇ ਲੇਡੀਜ਼ ਨੂੰ ਜਾ ਕੇ ਤੁਸੀਂ ਸੈਨੇਟਰੀ ਨੈਪਕਿਨਸ ਜਿਹੜੇ ਨੇ ਡਿਸਟ੍ਰੀਬਿਊਟ ਕੀਤੇ? ਮੈਂ ਮੋਟੀਵੇਟ ਇਸੇ ਕਰਕੇ ਹੋਈ ਕਿ ਜੇ ਮੇਰੇ ਕੋਲ ਰਿਸੋਰਸਿਸ ਘੱਟ ਹੋਣ, ਮੇਰੇ ਕੋਲ ਅਵੇਅਰਨੈਸ ਨੌਲੇਜ ਘੱਟ ਹੋਵੇ, ਤਾਂ ਮੈਂ ਇਸ ਚੀਜ਼ ਨੂੰ ਕਿੱਦਾਂ ਫੇਸ ਕਰਾਂਗੀ। ਬਿਲਕੁਲ, ਜਿਵੇਂ ਮੈਮ ਨੇ ਬਿਲਕੁਲ ਸਹੀ ਕਿਹਾ ਵੀ ਸਾਨੂੰ ਸਕ੍ਰਿਪਟ ਫੜਾ ਦਿੰਦੇ ਨੇ ਕਿ ਇਹ ਚੀਜ਼ ਐਵੇਂ ਹੈ, ਇਹ ਚੀਜ਼ ਐਵੇਂ ਹੈ, ਤਾਂ ਨਾ ਮੈਨੂੰ ਇਹ ਚੀਜ਼ ਕਿੱਦਾਂ ਮੈਂ ਫੇਸ ਕਰਾਂਗੀ ਜੇ ਮੈਨੂੰ ਮੇਰੇ ਮਾਮ ਦੱਸ ਦੇਣਾ, ਜਾਂ ਫਿਰ ਮੈਂ ਅਗਰ ਕੋਨਵੈਂਟ ਸਕੂਲ 'ਚ ਨਾ ਪੜ੍ਹੀ ਹੁੰਦੀ, ਜਾਂ ਮੈਨੂੰ ਵਿਸਪਰ ਵਾਲਿਆਂ ਨੇ ਕੈਂਪੇਨ ਲਾ ਕੇ ਨਾ ਦੱਸਿਆ ਹੁੰਦਾ ਕਿ ਦਿਸ ਇਜ਼ ਹਾਊ ਯੂ ਹੈਵ ਟੂ ਯੂਜ਼ ਇਟ, ਅਤੇ ਅਸੀਂ ਕਹਿ ਅਸੀਂ ਸਲਮਸ 'ਚ ਗਏ ਅਤੇ ਉੱਥੇ ਮੈਂ ਸਿਰਫ ਔਰ ਸਿਰਫ ਹੈਜੀਟੇਸ਼ਨ ਮੇਰੇ ਸਾਹਮਣੇ ਨਿਕਲ ਕੇ ਆਈ, ਛੁਪਾਉਣਾ, ਸਿਰਫ ਇਸ ਚੀਜ਼ ਨੂੰ ਛੁਪਾਉਣਾ। ਜਿੱਦਾਂ ਤੁਸੀਂ ਸਲਮਸ 'ਚ ਗਏ ਹੈ ਨਾ, ਅਤੇ ਇੱਕ ਆਪਾਂ ਦੇਖਦੇ ਹਾਂ ਕਿ ਸਾਈਕੋਲੋਜੀਕਲੀ, ਜਿੱਦਾਂ ਮੈਮ ਨੇ ਵੀ ਗੱਲ ਕੀਤੀ ਵੀ ਆਪਾਂ ਸਾਈਕੋਲੋਜੀਕਲੀ ਇੰਨਾ ਸਕ੍ਰਿਪਟਡ ਵਾਲੀ ਗੱਲ, ਸਕ੍ਰਿਪਟਡ ਹੁੰਦੇ ਹਾਂ, ਅਤੇ ਉੱਦਾਂ ਹੀ ਜਿਹੜੇ ਸਲਮਸ 'ਚ ਜਿਹੜੀਆਂ ਲੇਡੀਜ਼ ਸੀ ਉਹਨਾਂ ਦੇ ਕੀ ਰਿਐਕਸ਼ਨ ਸੀ ਜਿੱਦਾਂ ਤੁਸੀਂ ਜਦੋਂ ਪੁੱਛਿਆ? ਓਪਨ ਅਪ ਨਹੀਂ ਹੁੰਦੇ, ਕਿਆ ਕਿਉਂ ਇਸ ਕੇ ਬਾਰੇ ਮੈਂ ਕਿਉਂ ਬਾਤ ਕਰਨੀ ਹੈ, ਹਮੇ ਪਤਾ ਹੈ ਹੋ ਰਿਹਾ। ਗੱਲ ਕਰਦੇ ਕਰਦੇ ਅਵੇਅਰਨੈਸ ਦਾ ਬਹੁਤ ਵੱਡਾ ਇਸ਼ੂ ਸਾਹਮਣੇ ਆਇਆ, ਪ੍ਰਾਈਜ਼ਿੰਗ ਵੀ ਬਾਅਦ ਵਿੱਚ ਹੈ, ਯੂਜ਼ ਕਰਨਾ ਵੀ ਬਾਅਦ ਵਿੱਚ ਹੈ, ਡਿਸਪੋਜ਼ ਕਰਨਾ ਵੀ ਬਾਅਦ ਵਿੱਚ ਹੈ, ਅਤੇ ਅਵੇਅਰਨੈਸ ਕਿ ਉਸ ਚੀਜ਼ ਨੂੰ ਜ਼ਰੂਰਤ ਕਿਉਂ ਸਮਝਿਆ ਜਾਂਦਾ, ਵੇਅਰ ਐਜ਼ ਕੱਪੜਾ ਹੈ, ਕੋਟਨ ਹੈ, ਜੋ ਆਪਾਂ ਪਿੱਛੋਂ ਹੈ ਨਾ ਚੱਲਦੇ ਆ ਰਹੇ ਹਾਂ, ਜਨਰੇਸ਼ਨ ਗੈਪ ਹੈ, ਐਡਸ ਆ ਜਾਂਦੀਆਂ ਨੇ, ਸਭ ਕੁਛ ਹੋ ਜਾਂਦਾ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਸਭ ਕੁਛ ਅਵੇਅਰ ਹੈ, ਰਿਸੋਰਸਿਸ ਹੈ, ਬਟ ਉਹਨਾਂ ਤੱਕਰ ਪਹੁੰਚਣ ਦੇ ਰਿਸੋਰਸਿਸ ਇਹਨਾਂ ਕੋਲ ਨਹੀਂ ਹੈਗੇ, ਇਹਦੇ ਵਿੱਚ ਪ੍ਰਾਈਜ਼ਿੰਗ ਆ ਜਾਂਦਾ, ਉਹਦੇ ਵਿੱਚ ਮਿਥ ਕਿ ਕਿਉਂ ਯੂਜ਼ ਕਰੀਏ ਕੋਈ ਬਾਹਰਲੀ ਆਰਟੀਫਿਸ਼ਲ ਚੀਜ਼ ਆਪਣੀ ਸਕਿਨ ਦੇ ਨਾਲ, ਆਪਣੇ ਇੰਨੇ ਪ੍ਰਾਈਵੇਟ ਬੋਡੀ ਪਾਰਟ ਨਾਲ ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ। ਮੈਮ ਆਪਾਂ ਵੈਸੇ ਕਹਿੰਦੇ ਆਪਾਂ 21ਵੀਂ ਸਦੀ ਦੇ ਵਿੱਚ ਬੈਠੇ ਹਾਂ, ਹੈ ਨਾ, ਪਰ ਜਦੋਂ ਆਪਾਂ 21ਵੀਂ ਸਦੀ ਵਿੱਚ ਬੈਠਦੇ ਹਾਂ ਆਪਾਂ ਬਾਹਰ ਪੜ੍ਹਨ ਦੇ ਲਈ ਜਾਂਦੇ ਹਾਂ, ਪਰ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਸੈਕਸ ਨੂੰ ਲੈ ਕੇ ਗੱਲ ਕਰਦੇ ਹਾਂ, ਜਾਂ ਫਿਰ ਅਸੀਂ ਅਡਲਟ ਐਜੂਕੇਸ਼ਨ ਨੂੰ ਲੈ ਕੇ ਗੱਲ ਕਰਦੇ ਹਾਂ, ਜਾਂ ਫਿਰ ਅਸੀਂ ਪੀਰੀਅਡਸ ਨੂੰ ਲੈ ਕੇ ਗੱਲ ਕਰਦੇ ਹਾਂ, ਤਾਂ ਉਦੋਂ ਇੱਕ ਐਜੂਕੇਸ਼ਨ ਸਾਡੇ ਲਈ ਉਹ ਬਣਾ ਦਿੱਤਾ ਜਾਂਦਾ ਕਿ ਅੱਛਾ ਪੜ੍ਹਾ ਤਾਂ ਲਿਖਾ ਤਾਂ ਹੁਣ ਤੁਸੀਂ ਆਹ ਗੱਲਾਂ ਕਰੋਗੇ, ਹੈ ਨਾ, ਮਤਲਬ ਇਹ ਚੀਜ਼ ਕਿਉਂ ਨਹੀਂ ਹੈਗੀ ਵੀ ਅਸੀਂ ਇਹਨਾਂ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲ ਕਿਉਂ ਨਹੀਂ ਕਰ ਸਕਦੇ ਹੈਗੇ? ਕਿਉਂਕਿ ਇੱਕ ਤਾਂ ਹੁੰਦਾ ਕਿ ਬੇਸ਼ਰਮੀ ਦਾ ਟੈਗ ਤੁਹਾਡੇ 'ਤੇ ਲਾ ਦਿੱਤਾ ਜਾਂਦਾ, ਵੀ ਇਹ ਤਾਂ ਹੈ ਹੀ ਬੇਸ਼ਰਮ, ਪਤਾ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਨਾ, ਉਹ ਚੀਜ਼ ਬਾਰੇ ਕੀ ਕਹੋਗੇ? ਮੈਨੂੰ ਲੱਗਦਾ ਕਿ ਅਸੀਂ ਇਸ ਚੀਜ਼ ਨੂੰ ਆਲ ਫੀਮੇਲਸ ਜਿੰਨੀਆਂ ਵੀ ਨੇ ਇਹਨੂੰ ਨੈਚੁਰਲ
ਇੱਕ ਨੈਚੁਰਲ ਪ੍ਰੋਸੈਸ ਹੈ। ਅਗਰ ਤੁਹਾਨੂੰ ਇਹ ਵੀ ਦੱਸਿਆ ਜਾਏ ਕਿ ਪੀਰੀਅਡਸ ਵੀ ਨੈਚੁਰਲ ਪ੍ਰੋਸੈਸ ਨੇ, ਇਟਸ ਅ ਪਾਰਟ ਆਫ ਯੂਅਰ ਲਾਈਫ, ਇਹ ਤੁਹਾਡੀ ਗਰੋਥ ਵਾਸਤੇ, ਤੁਹਾਡੇ ਇੰਟਰਨਲ ਵੈਲਬੀਂਗ ਵਾਸਤੇ ਚੰਗੇ ਨੇ। ਮੈਨੂੰ ਲੱਗਦਾ ਜਿਹੜੀ ਇਹਦੇ ਨਾਲ ਮਿੱਥ ਹੈ ਨਾ ਕਿ ਸ਼ਰਮ ਜਾਂ ਉਹ ਵੀ ਉਹ ਇਹ ਪਤਾ ਨਹੀਂ ਕਿੱਡਾ ਕੋਈ ਕ੍ਰਾਈਮ ਸਾਡੇ ਨਾਲ ਹੋ ਰਿਹਾ ਹੈ। ਔਰ ਮੈਨੂੰ ਯਾਦ ਹੈ ਕਿ ਮੇਰੇ ਫਰੈਂਡ ਸੀ ਪਿੱਛੇ ਜੇ, ਉਹਨਾਂ ਨੂੰ ਪੀਰੀਅਡਸ ਨਹੀਂ ਆਏ ਔਰ ਪੂਰਾ ਮਹੀਨਾ ਉਹਨੂੰ ਕਿੰਨਾ ਡਿਪਰੈਸ਼ਨ ਰਿਹਾ, ਉਹਦੀ ਬੋਡੀ ਕਿੰਨੀ ਜ਼ਿਆਦਾ ਫੁੱਲ ਗਈ, ਉਹਦੀ ਬੋਡੀ ਇੰਨਾ ਬੁਰਾ ਰਿਐਕਟ ਕਰਦੀ ਸੀਗੀ। ਉਹ ਠੀਕ ਹੈ ਕਿ ਜਾਂ ਜਿਹੜਾ ਅਸੀਂ ਨੈਚੁਰਲ ਪ੍ਰੋਸੈਸ 'ਚੋਂ ਹੋ ਰਿਹਾ ਉਹ ਠੀਕ ਹੈ, ਬਿਲਕੁਲ, ਬਟ ਕੌਣ ਦੱਸੇਗਾ ਕਿ ਇਹ ਇੱਕ ਨੈਚੁਰਲ ਪ੍ਰੋਸੈਸ ਹੈ। ਐਂਡ ਆਈ ਥਿੰਕ ਮੈਨੂੰ ਲੱਗਦਾ ਕਿ ਘਰ ਦੇ ਮੇਲ ਮੈਂਬਰਸ ਔਰ ਸਾਡੀ ਸੋਸਾਇਟੀ ਦੇ ਮੇਲ ਮੈਂਬਰਸ ਨੂੰ ਵੀ ਇਹ ਐਕਸੈਪਟ ਕਰਨਾ ਚਾਹੀਦਾ ਹੈ ਕਿ ਇਹ ਫੀਮੇਲ ਦਾ ਇੱਕ ਇੰਟੈਗਰਲ ਪਾਰਟ ਹੈ, ਦਿਸ ਇਜ਼ ਅ ਇੰਟੈਗਰਲ ਪਾਰਟ। ਅਗਰ ਤੁਸੀਂ ਕਿਸੇ ਫੀਮੇਲ, ਤੁਹਾਡੀ ਬੇਟੀ ਹੈ ਜਾਂ ਮਦਰ ਹੈ ਜਾਂ ਤੁਹਾਡੀ ਸਿਸਟਰ ਹੈ ਜਾਂ ਤੁਹਾਡੀ ਵਾਈਫ ਹੈ ਜਾਂ ਤੁਹਾਡੀ ਬੱਚੀ ਹੈ, ਇਹ ਉਹਦੀ ਜ਼ਿੰਦਗੀ ਦਾ ਇੱਕ ਉਹਦੇ ਸਿਹਤਮੰਦ ਰਹਿਣ ਦੀ ਨਿਸ਼ਾਨੀ ਹੈ। ਐਂਡ ਇਹਨੂੰ ਐਕਸੈਪਟ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਸ਼ਾਇਦ ਉਹ ਇੱਕ ਮੇਲ ਫੀਮੇਲ ਵਾਲਾ ਜਿਹੜਾ ਹਿੱਚ ਹੈ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਔਰਤਾਂ ਨੂੰ ਇਸ ਚੀਜ਼ ਦੇ ਵਿੱਚ ਲੁਕਾ ਕੇ ਰੱਖਿਆ ਜਾਂਦਾ। ਜੀ ਬਿਲਕੁਲ। ਅੱਛਾ, ਜਦੋਂ ਨਾਲੇ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਐਕਸੈਪਟ ਕਰ ਲਾਂਗੇ, ਮੰਨ ਲਓ ਇੱਕ ਕੁੜੀ ਹੈ ਘਰ ਦੇ ਵਿੱਚ, ਉਹਦੇ ਪੀਰੀਅਡਸ ਬਾਰੇ ਉਹਦੇ ਬ੍ਰਦਰ ਨੂੰ ਜਾਂ ਉਹਦੇ ਫਾਦਰ ਨੂੰ ਵੀ ਪਤਾ ਹੋਏਗਾ, ਤਾਂ ਇੱਕ ਮੋਰਲ ਸਪੋਰਟ ਵੀ ਕਿੰਨੀ ਹੁੰਦੀ ਹੈ? ਤੁਸੀਂ ਇੱਥੋਂ ਕਿੰਨੇ ਜ਼ਿਆਦਾ ਫ੍ਰੀ ਹੋ ਜਾਂਦੇ ਹੋ ਕਿ ਠੀਕ ਆ, ਅਗਰ ਤੁਹਾਨੂੰ ਰੈਸਟ ਦੀ ਜ਼ਰੂਰਤ ਹੈ, ਇਸ ਟਾਈਮ ਤੁਸੀਂ ਰੈਸਟ ਕਰਨਾ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਹੋ ਨਾ। ਤੁਹਾਨੂੰ ਕਿਸੇ ਨੂੰ ਐਕਸਕਿਊਜ਼ ਬਣਾ ਕੇ ਦੱਸਣ ਦੀ ਲੋੜ ਹੈਗੀ, ਮੇਰਾ ਸਿਰ ਦੁੱਖ ਰਿਹਾ ਜਾਂ ਮੈਂ ਠੀਕ ਨਹੀਂ ਹੈ। ਅਤੇ ਦੂਸਰੀ ਗੱਲ ਇਹ ਹੁੰਦਾ ਕਿ ਜਿਹੜੇ ਸੈਨੇਟਰੀ ਨੈਪਕਿਨਸ ਨੇ, ਉਹ ਅਸੀਂ ਘਰਾਂ 'ਚ ਨਾ ਉਸ ਥਾਂ ਜਾ ਕੇ ਰੱਖਦੇ ਹਾਂ ਵੀ ਜਿੱਥੇ ਕਿਸੇ ਦੀ ਨਿਗਾਹ ਨਾ ਜਾਵੇ, ਅਤੇ ਉਹਨੂੰ ਅਸੀਂ ਬਾਥਰੂਮ 'ਚ ਨਹੀਂ ਰੱਖ ਸਕਦੇ ਹੈਗੇ। ਅੱਛਾ, ਜੇ ਅਸੀਂ ਡਿਸਪੋਜ਼ ਆਫ ਕਰਨਾ ਹੈ ਉਹਨੂੰ, ਤਾਂ ਫਿਰ ਛੁਪਾ ਛੁਪਾ ਕੇ ਲੈ ਕੇ ਛੁਪਾ ਕੇ ਜਾਣਾ ਜੀ, ਪੋਕੇਟ 'ਚ ਛੁਪਾ ਕੇ ਜਾਣਾ, ਉਹਦੇ ਕਵਰ ਕਰਕੇ ਲੈ ਕੇ ਜਾਣਾ ਹੈ ਆਪਣੇ ਛੁਪਾ ਕੇ ਲੈ ਕੇ ਜਾਣਾ। ਅੱਛਾ, ਜਦੋਂ ਅਸੀਂ ਬਾਏ ਵੀ ਕਰਦੇ ਹਾਂ ਉਦੋਂ ਵੀ ਹੁੰਦਾ ਕਿ ਕੱਲ੍ਹ ਵੀ ਜਦੋਂ ਅਸੀਂ ਸਲਮ ਏਰੀਆ ਦੇ ਵਿੱਚ ਗਏ ਅਤੇ ਅਸੀਂ ਕਿਹਾ ਕਿ ਚਲੋ ਇੱਕ ਡੈਮੋ ਦੇਵਾਂਗੇ ਉੱਥੇ ਜਾ ਕੇ, ਤੁਸੀਂ ਮੈਂ ਕਿਹਾ ਸੈਨੇਟਰੀ ਨੈਪਕਿਨਸ ਹੈਗੇ? ਕਹਿੰਦੇ ਜੀ ਹੈਗੇ ਨੇਗੇ। ਉਹ ਕਹਿੰਦੇ ਇਸ ਕੋ ਨਾ ਉਹ ਪੇਪਰ ਮੇ ਰੈਪ ਕਰਕੇ ਦੇਣਾ। ਮੈਂ ਕਿਹਾ ਨਹੀਂ ਨਹੀਂ ਭਈਆ, ਐਸੇ ਹੀ ਦੇ ਦਿਓ ਨਾ। ਸੋ ਇਹ ਵੀ ਇੱਕ ਚੀਜ਼ ਹੈ ਕਿ ਜਦੋਂ ਅਸੀਂ ਬਾਏ ਕਰਨ ਜਾਂਦੇ ਹੁੰਦਾ ਕਿ ਜਾਂ ਤਾਂ ਥੱਲਿਓ ਕਾਲੇ ਲਿਫਾਫੇ ਜਿਹੇ ਪਾ ਕੇ ਦੇ ਦੇਣਗੇ ਨਾ, ਕਿ ਉਹ ਕਿਸੇ ਨੂੰ ਦਿਖਣ ਨਾ ਨਾ। ਸੋ ਇਹ ਚੀਜ਼ਾਂ ਪਤਾ ਨਹੀਂ ਕਦੋਂ ਤੇ ਕਿਵੇਂ ਟੁੱਟਣਗੇ। ਓਪਨ ਜ਼ਿਆਦਾ ਹੈ, ਓਪਨ ਹੈ ਕਿ ਮੈਨੂੰ ਲੱਗਦਾ ਕਿ ਅਸੀਂ ਆਪਣੀ ਫੈਮਿਲੀ ਨਾਲ ਬੈਠੇ ਤੇ 15-20 ਵਾਰ ਹਰ ਬੰਦੇ ਨੂੰ, ਤੁਹਾਡੇ ਜੇ ਮੇਲ ਮੈਂਬਰ ਵੀ ਬੈਠੇ ਨੇ ਤਾਂ ਉਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ। ਬਟ ਉਹੀ ਗੱਲ ਹੈ ਕਿ ਤੁਹਾਨੂੰ ਇਹ ਦੱਸਿਆ ਜਾਂਦਾ ਵੀ ਸਿਰਫ ਇਸ ਚੀਜ਼ ਦਾ ਤੁਹਾਨੂੰ ਹੀ ਪਤਾ ਹੈ, ਹੋਰ ਦੁਨੀਆਂ 'ਚ ਕਿਸੇ ਨੂੰ ਨਹੀਂ। ਮੇਬੀ ਮੈਨੂੰ ਲੱਗਦਾ ਇਸੇ ਕਰਕੇ ਮੈਨੂੰ ਲੱਗਦਾ ਕਿ ਅਸੀਂ ਕਿਸ ਦੇ ਘਰ ਜਾਂਦੇ ਹਾਂ, ਤੁਹਾਨੂੰ ਅਗਰ ਤੁਸੀਂ ਪ੍ਰੋਬਲਮ 'ਚ ਤੁਹਾਨੂੰ ਪੀਰੀਅਡ ਤੁਸੀਂ ਮੰਗਣ ਲੱਗਿਆ ਵੀ ਸ਼ਰਮ ਮਹਿਸੂਸ ਕਰਦੇ ਹੋ। ਹਾਂਜੀ, ਤੁਹਾਨੂੰ ਲੱਗਦਾ ਕਿ ਦੂਸਰੀ ਫੀਮੇਲ ਕੋਲੋਂ ਤੁਸੀਂ ਅਗਰ ਇਹ ਕਹਿਣਾ ਹੈ ਕਿ ਤੁਹਾਡੇ ਕੋਲ ਸੈਨੇਟਰੀ ਨੈਪਕਿਨਸ ਹੈਗੇ ਨੇ, ਤਾਂ ਇਹ ਬੜਾ ਵੱਡੀ ਚੀਜ਼ ਹੈ। ਮਤਲਬ ਚੈਲੰਜ ਹੀ ਹੈ। ਹਾਂ, ਚੈਲੰਜ ਹੈ ਕਿ ਤੁਸੀਂ ਜਾ ਕੇ ਪਹਿਲਾਂ ਉਹਨੂੰ ਇੱਧਰੋਂ ਉੱਧਰੋਂ ਵੇਖ ਕੇ ਕਹੋਗੇ ਕਿ ਵੀ 5 ਮਿੰਟ ਗੱਲ ਸੁਣਿਓ, ਇਸ਼ਾਰੇ ਕਰੋਗੇ, ਕੁਝ ਬੁਲਾਵੋਗੇ। ਐਡਵਰਟਾਈਜ਼ਮੈਂਟ ਦੀ ਤੁਸੀਂ ਗੱਲ ਕੀਤੀ, ਮੈਨੂੰ ਲੱਗਦਾ ਕਿ ਐਡਵਰਟਾਈਜ਼ਮੈਂਟ ਵੀ ਸਹੀ ਤਰੀਕੇ ਨਾਲ ਨਹੀਂ ਦਿਖਾਈਆਂ ਜਾਂਦੀਆਂ ਹੈ ਨਾ। ਜਦੋਂ ਸੋਪਸ ਦੀ ਐਡਵਰਟਾਈਜ਼ਮੈਂਟ ਆਉਂਦੀ ਹੈ, ਆਪਾਂ ਨੂੰ ਦਿਖਾਉਂਦੇ ਕਿ ਹਾਂ ਦ ਗਰਲ ਇਜ਼ ਬੇਦਿੰਗ, ਯੂ ਨੋ, ਅਤੇ ਸੋਪ ਨਾਲ ਮਤਲਬ ਯੂਜ਼ ਕਰ ਰਹੀ ਹੈ। ਦੈਨ ਸੈਨੇਟਰੀ ਨੈਪਕਿਨ ਨੂੰ ਜੋ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਦਿਖਾ ਰਹੇ ਹੋ, ਜਿੱਦਾਂ ਬਾਨੀ ਦੱਸ ਰਹੇ ਸੀਗੀ ਹੈ ਨਾ, ਤੁਸੀਂ ਐਡਵਰਟਾਈਜ਼ਮੈਂਟ ਐਡ ਆਈ ਸੀਗੀ ਕਿ ਉਹ ਆਈ ਡੋਂਟ ਨੋ ਕਿ ਉਹ ਕਿਹੜੀ ਬਾਲੀਵੁੱਡ ਐਕਟਰੈਸ ਨੇ ਦਿੱਤੀ ਸੀਗੀ ਕਿ ਉਹ ਕਸ਼ਤੀ 'ਚ ਹੁੰਦੀ ਹੈ, ਵਿੱਚ ਬਹਿੰਦੀ ਹੈ, ਅਤੇ ਜਿਸ ਏਰੀਆ 'ਚ ਪਾਣੀ ਹੁੰਦਾ ਹੈ ਜਦੋਂ ਕਸ਼ਤੀ ਉਹਦੀ ਵਿੱਚ ਜਾਂਦੀ ਹੈ ਤਾਂ ਉਹ ਪਾਣੀ ਸੋਕ ਲੈਂਦੀ ਹੈ, ਖਤਮ ਹੋ ਜਾਂਦਾ ਹੈ। ਤਾਂ ਮੈਂ ਇਹੀ ਗੱਲ ਕਰ ਰਹੀ ਸੀ, ਮੈਂ ਇਹਦੇ ਵਿੱਚ ਨਿਕਲ ਕੇ ਕੀ ਆਊਗਾ? ਛੋਟੀ ਬੱਚੀ ਤਾਂ ਨਹੀਂ ਕਰ ਪਾਊਗੀ ਫਿਗਰ ਆਊਟ ਕਿ ਕਸ਼ਤੀ ਪਾਣੀ 'ਚ ਕਿੱਦਾਂ, ਮਤਲਬ ਜਦ ਤੱਕ ਅਸੀਂ ਸੋਪ ਨੂੰ ਐਕਟਰੈਸ ਲਾਉਂਦੇ ਹੋਏ ਡੈਮੋ ਦੇ ਰਹੀ ਹੈ, ਸ਼ਾਵਰ ਦੇ ਰਹੀ ਹੈ। ਸੋ ਇੱਕ ਬੱਚੀ ਨੂੰ ਤੁਸੀਂ ਕਿਵੇਂ ਸਮਝਾਓਗੇ ਕਿ ਇੱਕ ਸ਼ਿਪ ਨੇ ਕਿੱਦਾਂ ਪਾਣੀ ਸੋਕ ਕਰ ਲਿਆ? ਸੋ ਮੈਂ ਇਹੀ ਗੱਲ, ਮੈਂ ਵੀ ਇਹ ਸੋਚੀ ਸੀ, ਮੈਂ ਕਿਹਾ ਉਹਨੂੰ ਵੀ ਥੋੜ੍ਹਾ ਓਪਨ ਅਪ ਕਰੋ। ਹੋਰ ਬਹੁਤ ਤਰੀਕੇ ਨੇ ਵੀ ਤੁਸੀਂ ਹੁਣ ਡਾਕੂਮੈਂਟਰੀਜ਼ 'ਚ ਸਭ ਕੁਝ ਓਪਨ ਦਿਖਾਉਂਦੇ ਨੇ, ਵੀ ਅਸੀਂ ਕਲੀਅਰਲੀ ਕਿਉਂ ਨਹੀਂ ਦਿਖਾ ਸਕਦੇ, ਵੀ ਕਲੀਅਰਲੀ ਦਿਸ ਇਜ਼ ਸੈਨੇਟਰੀ ਨੈਪਕਿਨ, ਦਿਸ ਇਜ਼ ਬੈਡ, ਦਿਸ ਇਜ਼ ਹਾਊ ਯੂ ਯੂਜ਼ ਇਟ। ਆਈ ਥਿੰਕ ਸਾਰਾ ਕੁਝ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਾਫੀ ਅਵੇਅਰਨੈਸ ਆਈ ਹੈ। ਫਿਲਮ ਜਿਹੜੀ ਅਕਸ਼ੈ ਕੁਮਾਰ ਹੋਣਾ ਨੇ ਕੀਤੀ ਸੀ, ਬੈਡ ਹੈ, ਆਈ ਥਿੰਕ ਉਹਨੇ ਇੱਕ ਬੜਾ ਵੱਡਾ ਰੈਵੋਲੂਸ਼ਨ ਕਰ ਲਈ, ਡੈਫੀਨਿਟਲੀ ਬੜਾ ਬੋਲਡ ਸਟੈਪ ਸੀ ਸਿਨੇਮਾ ਦੇ ਲਈ ਵੀ, ਕਿ ਇਦਾਂ ਦੀਆਂ ਅੱਛੀਆਂ ਮੂਵੀਜ਼, ਮਤਲਬ ਉਹਨਾਂ ਨੇ ਤੁਸੀਂ ਖੁੱਲ ਕੇ ਐਜ਼ ਅ ਮੇਲ ਤੁਸੀਂ ਉਹਨੂੰ ਪ੍ਰਮੋਟ ਕੀਤਾ। ਮੈਨੂੰ ਲੱਗਦਾ ਬਹੁਤ ਸਾਰੀਆਂ, ਜਿਹੜਾ ਇੱਕ ਸਾਡੇ ਅੰਦਰ ਮਿੱਥ ਸੀਗੀ ਜਾਂ ਡਰ ਸੀਗਾ, ਉਹ ਕਾਫੀ ਕਲੀਅਰ ਆਊਟ ਹੋਣਾ ਸ਼ੁਰੂ ਹੋਇਆ। ਬਟ ਮੈਨੂੰ ਲੱਗਦਾ ਹੁਣ ਅੱਜ ਦੀ ਜਨਰੇਸ਼ਨ ਸਾਡੇ ਨਾਲੋਂ ਮੱਚ ਬੈਟਰ ਹੈ, ਉਹ ਉਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਹੈਗੀ, ਦੇ ਫੀਲ ਕਿ ਇਟਸ ਅ ਨੈਚੁਰਲ। ਬਟ ਉਹੀ ਗੱਲ ਹੈ ਕਿ ਉਹ ਸਾਡੇ ਤੱਕ ਜਿਹੜੇ ਜਿਹਨਾਂ ਨੂੰ ਜ਼ਰੂਰਤ ਹੈ, ਉਹ ਅਨਐਜੂਕੇਟਡ ਤਬਕਾ ਅਜੇ ਵੀ ਬਹੁਤ ਵੱਡਾ, ਉਹ ਅਜੇ ਵੀ ਉਸ ਹਾਈਜੀਨ ਦੇ ਨਾਲ
ਉਹਨਾਂ ਨੂੰ ਅਜੇ ਵੀ ਉਹਦੇ ਨਾਲ ਬਿਮਾਰੀਆਂ ਔਰ ਮਤਲਬ ਬਹੁਤ ਸਾਰੀਆਂ ਕੰਪਲੀਕੇਸ਼ਨਸ ਉੱਥੋਂ ਸਫਰ ਕਰ ਰਹੀਆਂ ਨੇ, ਕਿਉਂਕਿ ਮਤਲਬ ਦੇਖੋ ਤੁਸੀਂ ਕਿੰਨਾ ਵੱਡਾ ਆਪਣੀ ਬੋਡੀ ਦੇ ਨਾਲ ਕ੍ਰਾਈਮ ਕਰ ਰਹੇ ਹੋ ਔਰ ਸਿਰਫ ਅਨਅਵੇਅਰਨੈਸ ਕਰਕੇ। ਉਸ ਬਾਅਦ ਇੰਨੀਆਂ ਹੈਲਥ ਇਸ਼ੂਜ਼, ਯੂਟੀਆਈ ਦੀ ਨੋਰਮਲ ਜੀ ਇਨਫੈਕਸ਼ਨ ਜਿਹੜੀ ਜਨਰਲੀ ਹੋ ਜਾਂਦੀ ਹੈ ਨਾ, ਇਹਦਾ ਬੇਸਿਕ ਮੈਨੂੰ ਲੱਗਦਾ ਰੀਜ਼ਨ ਵੀ ਇਹੀ ਹੈ। ਇੱਕ ਚੀਜ਼ ਮਤਲਬ ਮੈਨੂੰ ਲੱਗਦਾ ਕਿ ਜਿਹੜੀ ਇੱਕ ਲੇਡੀ ਦੇ ਲਈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ, ਇੱਕ ਬਲੈਸਿੰਗ ਆ ਹਨਾ ਇਹ ਚੀਜ਼, ਇੱਕ ਮਤਲਬ ਕੁਦਰਤੀ ਤੌਰ 'ਤੇ ਇਹ ਚੀਜ਼ ਤੁਹਾਨੂੰ ਦਿਖਾਉਂਦੀ ਹੈ ਕਿ ਤੁਸੀਂ ਇੱਕ ਸਿਹਤਮੰਦ ਇਨਸਾਨ ਹੋ ਹਨਾ, ਪਰ ਉਹੀ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਇੱਡੀ ਵੱਡੀ ਮੁਸ਼ਕਤ ਖੜੀ ਕਰ ਦਿੰਦੀਆਂ ਨੇਗੀਆਂ। ਜਿਵੇਂ ਹੁਣ ਕਈ ਏਰੀਆਜ਼ ਮੈਂ ਪੜ੍ਹਦੀ ਰਹੀ ਹਾਂ ਹੋਸਟਲ ਦੇ ਵਿੱਚ ਜਾਂ ਫਿਰ ਪੀ ਜੀ ਦੇ ਵਿੱਚ ਕੁੜੀਆਂ ਗੱਲ ਕਰਦੀਆਂ, ਪੰਜਾਬ ਦੇ ਵੀ ਕੁਛ ਇੱਕ ਤਾਂ ਚਲੋ ਐਕਸੈਪਟੈਂਸ ਦੀ ਗੱਲ ਆ ਗਈ ਹੈ ਕਿ ਉਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਜਾਂਦਾ ਵੀ ਸ਼ਰਮ ਪਰਦੇ 'ਚ ਰੁਕੋ, ਇਹਨੂੰ ਪਰਦੇ 'ਚ ਰੁਕੋ। ਇੱਕ ਚੀਜ਼ ਹੈਗੀ ਹੈ ਕਿ ਕੁਛ ਏਰੀਆਜ਼ ਇੱਦਾਂ ਦੇ ਨੇ ਜਿੱਥੇ ਔਰਥੋਡੋਕਸੀ ਇੰਨੀ ਜ਼ਿਆਦਾ ਹਾਵੀ ਆ ਕਿ ਜਦੋਂ ਪੀਰੀਅਡਸ ਹੁੰਦੇ ਨੇ ਕਿਸੇ ਕੁੜੀ ਦੇ ਤਾਂ ਉਹਨੂੰ ਪਾਠ ਨਹੀਂ ਕਰਨ ਦਿੱਤਾ ਜਾਂਦਾ, ਉਹਨੂੰ ਪੂਜਾ ਰੂਮ 'ਚ ਮੰਦਰ ਨਹੀਂ ਜਾਣ ਦਿੱਤਾ ਜਾਂਦਾ, ਉਹਨੂੰ ਕਿਚਨ 'ਚ ਨਹੀਂ ਜਾਣ ਦਿੱਤਾ ਜਾਂਦਾ, ਉਹ ਵੀ ਕਰਦੀਆਂ ਲੇਡੀਜ਼ ਦੇ ਵੱਲੋਂ ਹੈ ਨਾ। ਅਤੇ ਉਹ ਚੀਜ਼ ਮੈਨੂੰ ਲੱਗਦਾ ਉਹ ਪਤਾ ਨਹੀਂ ਕਦੋਂ ਖਤਮ ਹੋਊਗੀ ਜਾਂ ਉਹਨੂੰ ਅਸੀਂ ਖਤਮ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ, ਕਿਉਂਕਿ ਉਹਨਾਂ ਇਹ ਹੈਗਾ ਕਿ ਅੱਛਾ ਮਤਲਬ ਪੀਰੀਅਡਸ ਨੇ, ਇਹਦਾ ਮਤਲਬ ਤੁਸੀਂ ਸੁੱਚੇ ਇਨਸਾਨ ਨਹੀਂ ਹੈਗੇ ਹੈ ਨਾ, ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ। ਮੈਂ ਮੰਨਦੀ, ਮੈਂ ਜਿੱਦਾਂ ਤੁਹਾਨੂੰ ਪਹਿਲੇ ਕਿਹਾ, ਇਟਸ ਨੋਟ ਅਬਾਊਟ ਪੀਰੀਅਡਸ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਮੈਂ ਇਹ ਕਹਿੰਦੀ ਹਾਂ ਕਿ ਵੀ ਆਰ ਨਾਟ ਇਕੁਅਲ ਟੂ ਮੈਨ, ਮੈਂ ਨਹੀਂ ਮੰਨਦੀ ਕਿ ਵੀ ਆਰ ਇਕੁਅਲ, ਵੀ ਆਰ ਡਿਫਰੈਂਟ, ਡਿਫਰੈਂਟ। ਸਾਨੂੰ ਇਹ ਐਕਸੈਪਟ ਕਰਨਾ ਵੀ ਆਰ ਡਿਫਰੈਂਟ, ਵੀ ਆਰ ਨਾਟ ਮੈਨ, ਅਸੀਂ ਆਦਮੀ ਨਹੀਂ ਹਾਂ, ਅਸੀਂ ਔਰਤ ਹਾਂ, ਅਸੀਂ ਉਹਨਾਂ ਦੀ ਬਰਾਬਰੀ ਵੀ ਨਹੀਂ ਕਰਨਾ ਚਾਹੁੰਦੇ। ਮੈਂ ਨਹੀਂ, ਮੈਂ ਬਿਲਕੁਲ ਇਸ ਲਾਈਨ ਦੇ ਬਿਲਕੁਲ ਅਗੇਂਸਟ ਹਾਂ ਕਿ ਵੀ ਆਰ ਇਕੁਅਲ ਟੂ ਮੈਨ, ਵੀ ਆਰ ਡਿਫਰੈਂਟ ਫਰੋਮ ਮੈਨ। ਮਤਲਬ ਸਾਡੀ ਮੇਕਿੰਗ, ਸਾਡੀ ਅਪਬ੍ਰਿੰਗਿੰਗ, ਸਾਡਾ ਬੋਡੀ ਪੋਸਚਰ, ਸਾਡੀ ਸਟਰੈਂਥ ਡਿਫਰੈਂਟ ਹੈ, ਬਹੁਤ ਡਿਫਰੈਂਟ ਹੈ। ਯੂ ਕੈਨ ਪ੍ਰੋਡਿਊਸ ਅ ਚਾਈਲਡ, ਮੈਨ ਕਾਂਟ, ਬਿਲਕੁਲ। ਆਦਮੀ ਜਿਹੜਾ ਉਹ 200 ਕਿਲੋ ਜਾਂ 500 ਕਿਲੋ ਨੋਰਮਲ ਆਦਮੀ ਚੁੱਕ ਲੈਂਦਾ, ਪਰ ਮੇਰੀ ਬੋਡੀ ਨਹੀਂ ਅਲਾਓ ਕਰਦੀ, ਬਿਕੋਜ਼ ਮੇਰੀ ਬੋਡੀ ਉਸ ਮੇਕਿੰਗ ਲਈ ਨਹੀਂ ਬਣੀ। ਜੀ ਜੀ। ਸੋ ਜਦੋਂ ਤੱਕ ਸਾਨੂੰ ਇਹ ਐਕਸੈਪਟੈਂਸ ਨਹੀਂ ਆਉਂਦੀ, ਹੁਣ ਅੱਜ ਕੀ ਹੋ ਗਿਆ, ਪਹਿਲਾਂ ਤਾਂ ਸਾਨੂੰ ਇਹ ਕਿਹਾ ਜਾਂਦਾ ਸੀ ਕਿ ਵੀ ਆਰ ਇਨਫੀਰੀਅਰ ਟੂ ਮੈਨ, ਕਿ ਡਰ ਕੇ ਰਹਿਣਾ ਤੁਸੀਂ ਫਾਈਨੈਂਸ਼ਲੀ। ਹੁਣ ਔਰਤ ਫਾਈਨੈਂਸ਼ਲੀ ਇੰਡੀਪੈਂਡੈਂਟ ਹੋ ਗਈ, ਉਹਨਾਂ ਨੂੰ ਲੱਗਿਆ ਕਿ ਇਹਦੇ ਬਰਾਬਰੀ ਕਰਨ ਲੱਗ ਪਈ, ਮੈਂ ਉਹਦੇ ਵੀ ਹੱਕ 'ਚ ਨਹੀਂ ਹਾਂ। ਹਰ ਦੋਨੋਂ ਜਣੇ ਸੋਸਾਇਟੀ ਨੂੰ ਚਲਾਉਣ ਵਾਸਤੇ ਬਹੁਤ ਹੀ ਇੰਪੋਰਟੈਂਟ ਨੇ। ਸਾਡੀ ਐਜੂਕੇਸ਼ਨ ਗਲਤ ਹੈ, ਮਤਲਬ ਵਾਈ ਵੀ ਡੋਂਟ। ਹੁਣ ਅੱਜ ਬਹੁਤ ਸਾਰੇ ਘਰਾਂ ਦੇ ਵਿੱਚ, ਅੱਜ ਮੈਂ ਇੱਕ ਪੋਸਟਰ ਦੇਖਿਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਸੀਗਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਉਜੜਨ ਦਾ ਕਾਰਨ ਕੁੜੀਆਂ ਦੀਆਂ ਮਾਵਾਂ ਨੇ, ਐਂਡ ਆਈ ਹੈਵ ਸੀਨ, ਆਈ ਥਿੰਕ ਬਹੁਤ ਵਾਇਰਲ ਹੋਇਆ, ਬਹੁਤ ਵਾਇਰਲ ਹੋਇਆ। ਉਹਦਾ ਕਾਰਨ ਕੀ ਹੈ ਕਿ ਵੀ ਆਰ ਅਸੀਂ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਕਰਨਾ ਚਾਹੁੰਦੇ ਹਾਂ, ਅਸੀਂ ਇਹ ਨਹੀਂ ਦੱਸ ਰਹੇ ਕਿ ਵੀ ਆਰ ਡਿਫਰੈਂਟ। ਐਂਡ ਆਦਮੀ ਨੂੰ ਵੀ ਉਹ ਐਕਸੈਪਟੈਂਸ ਹੋਏਗੀ ਕਿ ਵੀ ਆਰ ਡਿਫਰੈਂਟ, ਅਸੀਂ ਇਕੁਅਲਟੀ, ਅਸੀਂ ਕੰਪੀਟੀਸ਼ਨ ਨਹੀਂ ਹੈ, ਫਿਰ ਲੜਾਈ ਚੱਲਦੀ ਰਹਿੰਦੀ ਹੈ। ਇਟਸ ਨਾਟ ਅ ਕੰਪੀਟੀਸ਼ਨ, ਇਟਸ ਦੈਟ ਰੱਬ ਨੇ ਇੰਨੀ ਸੋਹਣੀ ਕ੍ਰੀਏਸ਼ਨ ਐਂਡ ਬੋਥ ਆਰ ਦਾ ਬਿਊਟੀਫੁਲ ਪਾਰਟਸ ਆਫ ਦਾ ਸੋਸਾਇਟੀ। ਜ਼ਿੰਦਗੀ ਖੂਬਸੂਰਤ ਬਣਾਉਣ ਲਈ ਆਦਮੀ ਅਤੇ ਔਰਤ ਦੋਨੋਂ ਜ਼ਰੂਰੀ। ਅਗਰ ਇਕੱਲੇ ਆਦਮੀ ਆਦਮੀ ਹੋਣ ਤਾਂ ਕਿਹੋ ਜਿਹੀ ਸੋਸਾਇਟੀ ਹੋਈ, ਇਕੱਲੀਆਂ ਔਰਤਾਂ ਹੋਣ ਤਾਂ ਕਿਹੋ ਜਿਹੀ ਸੋਸਾਇਟੀ ਹੋਈ। ਬਿਲਕੁਲ। ਜਦੋਂ ਤੱਕ ਸਾਡੀ, ਮੈਂ ਤੁਹਾਨੂੰ ਇਹੀ ਗੱਲ ਕਿਹਾ ਨਾ ਕਿ ਸਿਰਫ ਇਹ ਨਹੀਂ ਕਿ ਸਾਨੂੰ ਪਾਠ ਨਹੀਂ ਕਰਨ ਦਿੱਤਾ ਜਾਂਦਾ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੈਨੇਟਿਕਲੀ ਚੱਲਦੀਆਂ ਆ ਰਹੀਆਂ ਨੇ, ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ ਨੇ, ਕੌਣ ਚੇਂਜ ਕਰੇਗਾ ਉਸ ਕਰਿਪਟ? ਸਟੀਰੀਓਟਾਈਪਸ ਬਣੇ ਹੋਏ ਆ, ਹਾਂ, ਆਪਾਂ ਨਿਕਲ ਨਹੀਂ ਪਾ ਰਹੇ, ਸੁਣਦੇ ਹੀ ਉਹ ਗੱਲਾਂ ਆ ਰਹੀਆਂ ਆਪਾਂ। ਜੇ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਸਾਡੇ ਤੇ ਟੈਗ ਲਾ ਦਿੱਤਾ ਜਾਂਦਾ ਹੈ, ਹਾਂ, ਜਿੱਦਾਂ ਤੁਸੀਂ ਕਿ ਅਸੀਂ ਰੂਲ ਬ੍ਰੇਕਰ, ਰੂਲ ਬ੍ਰੇਕਰ, ਅਸੀਂ ਸੋਸਾਇਟੀ ਪੜਾ, ਜਿੱਦਾਂ ਤੁਸੀਂ ਕਿਹਾ ਵੀ ਪੜਾ ਲਓਗੇ। ਚਲੋ ਮੈਂਸਟ੍ਰੇਸ਼ਨ ਦੀ ਗੱਲ ਕਰਦੇ ਹਾਂ, ਅਗਰ ਜਿੱਦਾਂ ਤੁਸੀਂ ਕਿਹਾ ਵੀ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆ ਰਹੀਆਂ, ਵੀ ਇੰਨੇ ਟਾਈਮ ਤੋਂ ਕੱਪੜਾ ਯੂਜ਼ ਕਰਦੀਆਂ ਲੇਡੀਜ਼, ਹੈ ਨਾ, ਅਤੇ ਇੱਕੋ ਦਮ ਉਹਨਾਂ ਨੂੰ ਸੈਨੇਟਰੀ ਪੈਡਸ 'ਤੇ ਲਿਆਉਣਾ ਵੀ ਇੱਕ, ਮੈਨੂੰ ਲੱਗਦਾ ਕਿ ਇੱਕ ਰੈਵੋਲਿਊਸ਼ਨ ਜੀ ਸੀ, ਹੈ ਨਾ, ਇੱਕ ਤਰ੍ਹਾਂ ਅਤੇ ਮਾਸ ਰੈਵੋਲਿਊਸ਼ਨ। ਅਤੇ ਬਟ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਕੱਪੜੇ ਤੋਂ ਸੈਨੇਟਰੀ ਪੈਡ 'ਤੇ ਲਿਆਉਣਾ ਅਤੇ ਉਹਨਾਂ ਦੇ ਮਾਇੰਡ ਸੈੱਟ ਨੂੰ ਚੇਂਜ ਕਰਨਾ ਉਸ ਤਰੀਕੇ ਦੇ ਨਾਲ, ਉਹ ਵੀ ਬਹੁਤ ਇੱਕ, ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਡਿਫੀਕਲਟ ਚੀਜ਼ ਆ। ਇਹਨਾਂ ਨੇ ਕੰਮ ਕੀਤਾ ਹੈ ਸਲਮਸ ਦੇ ਵਿੱਚ ਜਾ ਕੇ, ਹੈ ਨਾ, ਲੇਡੀਜ਼ ਨੇ ਦੇਖਿਆ ਵੀ ਇਹਨਾਂ ਨੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿੱਦਾਂ ਵੀ ਤੁਸੀਂ ਕਰ ਸਕਦੇ ਹੋ, ਨਹੀਂ ਕਰ ਸਕਦੇ ਯੂਜ਼ ਪੈਡਸ, ਅਤੇ ਕੁਛ ਕਨਵਿੰਸ ਹੀ ਨਹੀਂ ਹੁੰਦੀਆਂ, ਨਹੀਂ ਹੁੰਦੀਆਂ ਇੰਨੀਆਂ ਲੇਡੀਜ਼, ਕਿਉਂਕਿ ਉਹਨਾਂ ਨੂੰ ਸੁਣਦੇ ਆਏ ਆ, ਉਹਨਾਂ ਦੀ ਅਪਬ੍ਰਿੰਗਿੰਗ, ਬਿਲਕੁਲ ਬਿਲਕੁਲ, ਉਹਨਾਂ ਦੀ ਬ੍ਰੇਨ ਦੀ ਪ੍ਰੋਗਰਾਮਿੰਗ ਹੈ, ਉਹਨਾਂ ਨੂੰ ਇੰਨਾ ਡਰਾਇਆ ਗਿਆ ਹੈ। ਹੁਣ ਇੱਕ ਬੰਦੇ ਨੂੰ ਤੁਸੀਂ ਡਰਾ ਦਿਓਗੇ ਕਿ ਉਹ ਸਾਹਮਣੇ, ਆਪਾਂ ਨੀ ਛੋਟੇ ਬੱਚਿਆਂ ਨੂੰ ਕਹਿੰਦੇ ਉਸ ਕਮਰੇ 'ਚ ਨਾ ਜਾਈ, ਭੂਤ ਹੈ, ਉਹ ਤਾਂ ਉਹੀ ਮੰਨੇਗਾ ਨਾ ਫਿਰ। ਸਾਰੀ ਜ਼ਿੰਦਗੀ ਤੁਸੀਂ ਦੇਖੋ, ਛੋਟੀ ਜਿਹੀ ਕਹੀ ਹੋਈ ਬੱਚੇ ਦੀ ਗੱਲ
ਉਹਦੇ ਮਰਨ ਤੱਕ ਉਹਦੇ ਇੰਪ੍ਰੈਸ਼ਨ ਪੈ ਜਾਂਦੇ ਨੇ। ਬਿਲਕੁਲ, ਅਸੀਂ ਸਾਨੂੰ ਲੱਗਦਾ ਕੋਈ ਗੱਲ ਹੀ ਨਹੀਂ ਹੈ, ਉਹੀ ਗੱਲ ਨੀ ਕਿ ਸਾਨੂੰ ਇੰਨਾ ਡਰਾਇਆ ਗਿਆ ਹੈ ਕਿ ਇਹ ਖਾਊਆ ਹੈ, ਕਿ ਪਤਾ ਨਹੀਂ ਇਹ ਵੀ ਇਹ ਪਲਾਸਟਿਕ ਦੀ ਚੀਜ਼ ਨਾ ਹੋਏ, ਕੁਛ ਇਹਦੀ ਚੀਜ਼ ਨਾ ਹੋਵੇ, ਮੇਰੇ ਸਕਿਨ ਨੂੰ ਹਾਰਮ ਕਰਦੇ। ਉਹੀ ਨਾ ਆਪਣੇ ਆਪਣੇ ਬਜ਼ੁਰਗਾਂ ਤੋਂ ਵੀ ਉਹ ਸੁਣਦੇ, ਹੁਣ ਜੇ ਉਹ ਕੋਈ ਬਜ਼ੁਰਗ ਲੇਡੀ ਸਾਡੀ ਏਜ ਤੇ ਹੋਏਗੀ 20 ਜਾਂ ਮਤਲਬ 21 ਕੁਛ ਵੀ, ਜਦੋਂ ਸਮਝ ਸਕਦੀ ਹੈ ਉਹ ਆਪ ਸਮਝ ਲਏਗੀ, ਆਪ ਅਵੇਅਰ ਹੋ ਜਾਏਗੀ, ਇੰਟਰਨੈਟ ਰਿਸੋਰਸਿਸ ਤੋਂ ਪੜ੍ਹ ਲਏਗੀ, ਆਂਢ ਗੁਆਂਢ ਤੋਂ ਸੁਣ ਲਏਗੀ। ਬਟ ਜਿਸ ਬੱਚੇ ਜਿਸ ਏਰਾ ਦੇ ਵਿੱਚ ਇੰਟਰਨੈਟ ਨਹੀਂ ਹੈ, ਜਿਸ ਏਰਾ ਦੇ ਵਿੱਚ ਇੰਨੀ ਓਪਨ ਵਿਦਆਊਟ ਹੈਜ਼ੀਟੇਸ਼ਨ ਆਪਾਂ ਗੱਲ ਨਹੀਂ ਕਰ ਸਕਦੇ, ਉਹਨੇ ਸੁਣੀ ਸੁਣਾਈ ਗੱਲਾਂ ਹੀ ਫੋਲੋ ਕਰਨੀਆਂ ਨੇ। ਪਿਛਲੀਆਂ ਉਹ ਲੇਡੀ ਮੈਨੂੰ ਸਾਹਮਣੇ ਉਹਨੇ ਕਨਫਰੈਂਟਲੀ ਮੈਨੂੰ ਕਿਹਾ, ਕਹਿੰਦੀ ਇਹ ਨਵਾਂ ਸਹੀ ਰਿਵਾਜ਼ ਹੈ, ਕਹਿੰਦੀ ਹਮਨੇ ਇਸਕੇ ਹੱਕ ਮੈਂ, ਹਮੇਂ ਵੋ ਸਾਫ਼ ਲੱਗਤਾ ਹੈ, ਸਿਧਰਾ ਲੱਗਤਾ ਹੈ ਔਰ ਟਿਕਾਊ ਹੈ, ਕਿਉਂਕਿ ਸਾਡੀ ਸੋਚ 'ਚ ਫਲੈਕਸੀਬਿਲਿਟੀ ਨਹੀਂ ਹੈਗੀ। ਉਹ ਉਹਦੀ ਕਾਰਨ ਹੈ ਕਿ ਉਹਨਾਂ ਨੂੰ ਉਹਦੇ ਨੁਕਸਾਨ ਨਹੀਂ ਪਤਾ ਕਿ ਯੂ ਹੈਵ ਟੂ ਚੇਂਜ ਦਾ ਨੈਪਕਿਨ ਆਫਟਰ 4-5 ਆਵਰਸ। ਉਹਨਾਂ ਨੂੰ ਅਗਰ ਇਹ ਪਤਾ ਹੋਵੇ ਕਿ ਇਹਦੇ ਨਾਲ ਇਹ ਉਹ ਮੈਥਡ ਜਿਹੜਾ ਉਹਨਾਂ ਦੀ ਬਾਡੀ ਇੰਟਰਨਲ ਹੈਲਥ ਵਾਸਤੇ ਕਿੰਨਾ ਨੁਕਸਾਨਦੇਹ ਹੈ, ਅਤੇ ਮੈਨੂੰ ਦੱਸੋ ਕੋਈ ਕੰਮ ਵਾਲੀ ਵੀ ਅਗਰ ਅਸੀਂ ਉਹਨੂੰ ਕਹਾਂਗੇ ਕਿ ਇਹਦੇ ਨਾਲ ਤੈਨੂੰ ਨੁਕਸਾਨ ਹੈ, ਉਹਨੂੰ ਅਵੇਅਰਨੈਸ ਆਏਗੀ ਤਾਂ ਦੁਬਾਰਾ ਕਦੀ ਨਹੀਂ ਕਰੇਗੀ। ਅਗਰ ਉਹ 50 ਰੁਪਏ 100 ਰੁਪਏ ਦੀ ਲਿਪਸਟਿਕ ਹਰ ਕੁੜੀ ਬਿਲਕੁਲ ਚਾਹੇ ਕੰਮ ਕਰਦੀ ਉਹ ਅਫੋਰਡ ਕਰਦੀ ਹੈ, ਇਟਸ ਓਨਲੀ ਦਾ ਲੈਕ ਆਫ ਅਵੇਅਰਨੈਸ, ਸਾਡੇ ਵਿੱਚ ਉਹ ਅਵੇਅਰਨੈਸ ਚੂਜ਼ ਨਹੀਂ ਕਰਦੇ ਉਸ ਚੀਜ਼ ਨੂੰ ਨਾ, ਉਹਨਾਂ ਨੇ ਕਹਿੰਦੇ ਚਲੋ ਚੱਲੀ ਜਾਂਦਾ ਕੰਫਰਟ ਜ਼ੋਨ ਬ੍ਰੇਕਿੰਗ ਦ ਸਟੀਰੀਓਟਾਈਪ ਅਗੇਨ ਹੈਪੀ ਦੈਟ ਬ੍ਰੇਕਿੰਗ ਦ ਟੈਬੂ ਬੀਇੰਗ ਪੰਜਾਬੀ ਕੁੜੀਆਂ ਹੋ ਕੇ ਵੀ ਟੁੱਕ ਦਿਸ ਟੌਪਿਕ। ਗੁਰਜੀਤ ਜੀ ਕੰਗ੍ਰੈਚੁਲੇਸ਼ਨਸ ਤੁਹਾਨੂੰ, ਕਿ ਇਟਸ ਅ ਵੈਰੀ ਬੋਲਡ ਸਟੈਪ, ਮੈਨੂੰ ਜਦੋਂ ਕਿਹਾ ਤੁਸੀਂ ਵੀ ਆਉਣਾ ਤੇ ਇਟਸ ਅ ਵੈਰੀ ਯੂ ਨੋ ਡਿਫੀਕਲਟ ਟੂ ਕਮ ਐਂਡ ਟਾਕ ਔਨ, ਤੁਸੀਂ ਟੈਲੀਵਿਜ਼ਨ ਤੇ ਆ ਕੇ ਇਸ ਬਾਰੇ ਗੱਲ ਕਰੇ, ਪਰ ਮੈਨੂੰ ਲੱਗਾ ਕਿ ਜੇ ਅਸੀਂ ਨਹੀਂ ਕਰਾਂਗੇ ਤੇ ਕੌਣ ਕਰੇਗਾ। ਉਹੀ ਗੱਲ ਆ ਜਿਹੜੀ ਉਹ ਮੁੜ ਕੁੜ ਕੇ ਉੱਥੇ ਹੀ ਆ ਜਾਂਦੀ ਹੈ ਕਿ ਇੱਦਾਂ ਹੋ ਰਿਹਾ ਇੱਦਾਂ ਹੋ ਰਿਹਾ, ਪਰ ਉਹ ਬਦਲੂਗਾ ਕਿਵੇਂ? ਜਿੰਨੀ ਦੇਰ ਤੱਕ ਅਸੀਂ ਇੱਕ ਦੂਜੇ ਨਾਲ ਸੰਵਾਦ ਨਹੀਂ ਕਰਾਂਗੇ, ਅਸੀਂ ਗੱਲ ਨਹੀਂ ਕਰਾਂਗੇ, ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਜਾਵਾਂਗੇ। ਕਿਉਂਕਿ ਮੈਨੂੰ ਅੱਜ ਲੱਗਿਆ ਸੀਗਾ ਕਿ ਅੱਜ ਅਗਰ ਮੇਰੀ ਜਗ੍ਹਾ ਸਤਿੰਦਰ ਸੱਤੀ ਆ ਕੇ ਸਕਰੀਨ ਦੇ ਉੱਪਰ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਲਈ ਤੁਸੀਂ ਆਈਡਲ ਹੋ, ਤੁਸੀਂ ਆਈਕਨ ਹੋ, ਤੁਸੀਂ ਇੱਕ ਸੈਲੀਬ੍ਰਿਟੀ ਹੋ, ਬਹੁਤ ਸਾਰੇ ਲੋਕਾਂ 'ਤੇ ਤੁਹਾਡਾ ਪ੍ਰਭਾਵ ਆ, ਅਤੇ ਜਦੋਂ ਉਹ ਇੱਕ ਪਰਸਨੈਲਿਟੀ ਗੱਲ ਕਹਿੰਦੀ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਉਹ ਅਸਰ ਜ਼ਰੂਰ ਕਰਦੀ ਆ ਨਾ ਦਿਮਾਗਾਂ ਦੇ ਉੱਪਰ ਜਾ ਕੇ। ਸੋ ਬਹੁਤ ਮਿਹਰਬਾਨੀ ਮੈਮ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ, ਅਤੇ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਆ ਕਿ ਨਹੀਂ ਨਹੀਂ ਮੇਰੀ ਇਮੇਜ ਬਣੀ ਹੋਈ ਆ, ਮੈਂ ਜ਼ਰੂਰੀ ਇਹਨਾਂ ਪੰਗਿਆਂ 'ਚ ਪੈਣਾ ਵਾ, ਕਿ 36 ਲੋਕ ਥੱਲੇ ਗਾਣਾ ਕੱਢਣ ਵਾਲੇ ਵੀ ਹੁੰਦੇ ਨੇਗੇ, ਹੈ ਨਾ, ਵੀ ਮੈਨੂੰ ਲੋਕ ਪਤਾ ਨਹੀਂ ਕੀ ਬੋਲਣਗੇ। ਸੋ ਸੈਲੀਬ੍ਰਿਟੀ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਲੈ ਕੇ ਕੰਸਰਨ ਰਹਿੰਦੇ ਨੇ, ਬਟ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਪਾਸੇ ਰੱਖ ਕੇ ਤੁਸੀਂ ਬੜੇ ਕੌਨਫੀਡੈਂਟ ਹੋ ਕੇ ਸਾਡੇ ਨਾਲ ਬੈਠੇ ਹੋ, ਤੇ ਇਟਸ ਆ ਨਹੀਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਕੁੜੀਆਂ ਮਰ ਰਹੀਆਂ ਨੇ, ਬਹੁਤ ਸਾਰੀਆਂ ਕੰਮ ਵਾਲੀਆਂ ਜਿੱਦਾਂ ਇਹਨਾਂ ਨੇ ਕਿਹਾ ਕਿ ਉਹ 4-4, 5-5 ਦਿਨ ਛੁੱਟੀਆਂ ਲੈਂਦੀਆਂ, ਉਹਨਾਂ ਨੂੰ ਮਦਰਹੁੱਡ 'ਚ ਇੰਨੀ ਪ੍ਰੋਬਲਮ ਹੈ। ਸੋ ਮੈਨੂੰ ਮੈਂ ਰਿਕੁਐਸਟ ਕਰਦੀ ਹਾਂ ਸਭ ਨੂੰ ਕਿ ਅਵੇਅਰਨੈਸ ਬਿਗਿਨਸ ਐਟ ਹੋਮ, ਤੁਹਾਡੇ ਘਰ 'ਚ ਕੋਈ ਵੀ ਕੋਈ ਕੰਮ ਵਾਲੀ ਹੈ ਜਾਂ ਕੋਈ ਵੀ ਇਸ ਤਰ੍ਹਾਂ ਦਾ ਤੁਹਾਨੂੰ ਸਰਵਿਸ ਪ੍ਰੋਵਾਈਡਰ ਹੈਗੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਉਸਨੂੰ ਅਵੇਅਰ ਕਰਨ ਦੀ, ਉਸਨੂੰ ਹੈਲਪ ਕਰਨ ਦੀ ਜ਼ਰੂਰਤ ਹੈ, ਅਗਰ ਅਸੀਂ ਇੱਥੋਂ ਹੀ ਸ਼ੁਰੂ ਕਰੀਏ ਤਾਂ ਅਸੀਂ ਬਹੁਤ ਸਾਰੀਆਂ ਔਰਤਾਂ ਦੀਆਂ ਜਾਨਾਂ ਬਚਾ ਸਕਦੇ ਹਾਂ। ਜੀ ਬਿਲਕੁਲ, ਬਹੁਤ ਮਿਹਰਬਾਨੀ ਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਸੇਜ ਦੇਣਾ ਚਾਹੂੰਗੀ ਲਾਸਟ ਮੈਂ ਇਹੀ ਕਿ ਇਹ ਕੋਈ ਕ੍ਰਾਈਮ ਨਹੀਂ ਹੈ, ਇਹ ਕੋਈ ਇਲਨੈਸ ਨਹੀਂ ਹੈ, ਇਹ ਕੋਈ ਛੁਪਾਉਣ ਵਾਲੀ ਗੱਲ ਨਹੀਂ ਹੈ, ਇਹ ਤੁਹਾਡੀ ਬਲੈਸਿੰਗ ਵੀ ਹੈ, ਅਤੇ ਇਹ ਚੀਜ਼ ਤੁਸੀਂ ਬਹੁਤ ਸਾਲਾਂ ਤੱਕ ਲੀਡ ਕਰਨੀ ਹੈ। ਸੋ ਇਸ ਚੀਜ਼ ਨੂੰ ਪਿਆਰ ਨਾਲ ਅਤੇ ਐਕਸੈਪਟੈਂਸ ਨਾਲ ਐਕਸੈਪਟ ਕਰੋ, ਅਤੇ ਹਰ ਚੀਜ਼ ਬੋਲ ਸਕਦੇ ਹਾਂ ਜੇ ਆਪਾਂ ਟੀ ਵੀ 'ਤੇ ਆਪਸ 'ਚ ਹਰ ਤਰੀਕੇ ਦੀ ਗੱਲ ਕਰ ਸਕਦੇ ਹਾਂ, ਕੁੜੀਆਂ ਸਪੈਸ਼ਲੀ ਹਰ ਕੁਝ ਸ਼ੇਅਰ ਕਰਦੀਆਂ, ਅਤੇ ਇਹ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਹੈ। ਬੀ ਸੇਫ ਐਂਡ ਬੀ ਕਲੀਅਰ ਅਬਾਊਟ ਹਾਊ ਯੂ ਯੂਜ਼ ਯੋਰ ਪ੍ਰੋਡਕਟਸ, ਮਤਲਬ ਇਨ ਕੰਟੈਕਸਟ ਟੂ ਯੋਰ ਹੈਲਥ। ਵੈਸੇ ਤੇ ਕਿਹਾ ਜਾਂਦਾ ਕਿ ਸ਼ਰਮ ਪੰਜਾਬੀਆਂ ਦਾ ਗਹਿਣਾ, ਪਰ ਜਿੱਥੇ ਸ਼ਰਮ ਤੋਂ ਅੱਗੇ ਆ ਕੇ ਅਸੀਂ ਬੋਲ ਸਕਦੇ ਹਾਂ ਆਪਣੇ ਲਈ, ਆਪਣੀ ਸਿਹਤ ਲਈ, ਉੱਥੇ ਸਾਨੂੰ ਜ਼ਰੂਰ ਬੋਲਣਾ ਚਾਹੀਦਾ। ਬਹੁਤ ਸਾਰੀਆਂ ਕੁੜੀਆਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਗਰੋਥ ਦੇ ਵਿੱਚ ਅਸੀਂ ਸਾਡੀ ਜਿਹੜੀ ਸੋਚ ਆ ਉਹ ਆ ਕੇ ਅੜ ਜਾਂਦੀ ਆ। ਅਗਰ ਕੋਈ ਕੁੜੀ ਖੇਡਣਾ ਚਾਹੁੰਦੀ ਆ, ਮੇਰੇ ਭਾਬੀ ਖੁਦ ਹਾਕੀ ਦੇ ਪਲੇਅਰ ਸੀਗੇ, ਸਟੇਟ ਲੈਵਲ ਤੱਕ ਉਹ ਖੇਡੇ ਨੇਗੇ, ਬਟ ਇੱਕ ਸੋਚ ਆ ਜਿਹੜੀ ਔਰਥੋਡੋਕਸੀ ਵਾਲੀ, ਉਹ ਅੱਗੇ ਆ ਕੇ ਖੜੇ ਹੋ ਗਈ ਕਿ ਸ਼ਾਰਟਸ ਨਹੀਂ ਪਾ ਕੇ ਜਾਣਾ, ਪਿੰਡ ਵਿੱਚੋਂ ਦੀ ਜਾਂਦੇ ਹੋ ਤੁਸੀਂ, ਜਾਂ ਫਿਰ ਕਹਿ ਦਿੰਦੇ ਨੇ ਕਿ ਨਹੀਂ ਤੁਸੀਂ ਸਵਿਮਿੰਗ 'ਚ ਨਹੀਂ ਜਾ ਸਕਦੇ, ਤੁਸੀਂ ਹਾਈ ਜੰਪ ਲੌਂਗ ਜੰਪ ਨਹੀਂ ਕਰ ਸਕਦੇ ਹੈਗੇ, ਕਿ ਤੁਸੀਂ ਪੀਰੀਅਡਸ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਕਿੱਦਾਂ ਮੈਨੇਜ ਕਰੋਗੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਨੈਚੁਰਲ ਪ੍ਰੋਸੈਸ ਨੂੰ ਸਾਡੀ ਗਰੋਥ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਆ। ਸੋ ਇਸ ਚੀਜ਼ ਤੋਂ ਆਪਾਂ ਜ਼ਰੂਰ ਬਾਹਰ ਆਈਏ। ਅੱਜ ਸਾਡੇ ਨਾਲ ਮੈਡਮ ਸਤਿੰਦਰ ਸੱਤੀ ਜੁੜੇ ਸਨ, ਬਾਨੀ ਚਿੰਦਲ ਜੁੜੇ ਸਨ, ਮੇਰੇ ਕੋ ਐਂਕਰ ਅਰਜ਼ੂ ਗੁਪਤਾ ਜੁੜੇ ਸਨ। ਇਹਨਾਂ ਦਾ ਆਈਡੀਆ ਸੀਗਾ ਕਿ 28 ਮਈ ਨੂੰ ਮੈਂਸਟਰਲ ਹਾਈਜੀਨ ਡੇ ਦੇ ਉੱਪਰ ਆਪਾਂ ਗੱਲ ਕਰੀਏ। ਸਾਡੇ ਲਈ ਇੱਕ ਨਵਾਂ ਐਕਸਪੀਰੀਅੰਸ ਸੀਗਾ ਕਿ ਪਤਾ ਨਹੀਂ ਇਸ ਚੀਜ਼ ਨੂੰ ਲੈ ਕੇ ਐਕਸੈਪਟੈਂਸ ਹੋਏਗੀ ਕਿ ਨਹੀਂ ਹੋਏਗੀ, ਕਿੱਦਾਂ ਦਾ ਆਡੀਅੰਸ ਜਿਹੜਾ ਰਿਐਕਟ ਕਰੇਗੀ। ਬਟ ਕਹਿੰਦੇ ਹੁੰਦੇ ਨੇ ਜੇ ਅਸੀਂ ਨਹੀਂ ਕਰਾਂਗੇ ਤਾਂ ਫਿਰ ਕੌਣ ਕਰੇਗਾ, ਕਿਉਂਕਿ ਮੀਡੀਆ ਇੱਕ ਬਹੁਤ ਵੱਡਾ ਮਾਧਿਅਮ ਹੈ ਜੋ ਤੁਹਾਡੀ ਗੱਲ ਕਹੀ ਗੱਲ ਨੂੰ ਇੱਕ
ਸਾਡੀਆਂ ਜਿੰਨੀਆਂ ਵੀ ਭੈਣਾਂ ਜਾਂ ਫਿਰ ਮਾਵਾਂ ਬਜ਼ੁਰਗ ਔਰਤਾਂ ਦੇਖ ਰਹੀਆਂ ਨੇਗੀਆਂ, ਉਹ ਆਪਣੇ ਘਰਾਂ ਦੇ ਵਿੱਚ ਇਸ ਚੀਜ਼ ਨੂੰ ਪਰਦੇ ਦੇ ਅੰਦਰ ਨਾ ਰੱਖੋ। ਪੀਰੀਅਡਸ ਆਉਣੇ, ਮਾਹਵਾਰੀ ਆਉਣੀ, ਮਹੀਨਾ ਆਉਣਾ ਬਹੁਤ ਹੀ ਕੁਦਰਤੀ ਗੱਲ ਹੈ, ਇੱਕ ਬਹੁਤ ਹੀ ਖੂਬਸੂਰਤ ਤੋਹਫਾ ਹੈ ਪਰਮਾਤਮਾ ਵੱਲੋਂ ਜੋ ਕਿ ਸਿਰਫ ਔਰਤ ਨੂੰ ਬਖਸ਼ਿਆ ਗਿਆ। ਇਹਦੇ ਬਾਰੇ ਗੱਲ ਕਰੋ, ਸੋ ਇਸ ਚੀਜ਼ ਨੂੰ ਕਦੇ ਵੀ ਦਿਮਾਗ ਦਾ ਬੋਝ ਲੈ ਕੇ ਨਾ ਬਣਾਓ। ਸਤਿ ਸ਼੍ਰੀ ਅਕਾਲ ਜੀ।